ਵਾਹਿਗੁਰੂ 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 ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਵੀ ਜਾਣਾ ਪਹਿਲਾਂ ਚਾਹ ਹੀ ਪੀਣਾ, ਘੁੱਟ ਬਣਾ ਕੇ ਪਹਿਲਾਂ ਤਾਂ ਚਾਹ ਵਧੀਆ ਪੀਂਦੇ ਆ, ਫਿਰ ਦੇਖਦਾ ਕੀ ਬਣਦਾ ਗਾ। ਜਦੋਂ ਬੰਦਾ ਨਾਲੇ ਫਿਰ ਦੱਸਦਾ ਵੀ ਕੱਖ ਅਜੇ ਪਾਏ ਨੀ, ਮੈਨੂੰ ਕਹੀ ਜਾਂਦੇ ਰਹਿੰਦੇ ਤੂੰ ਹੀ ਕਰ ਹਰਾ ਕੰਮ, ਚੰਗੀ ਆਪ ਤਾਂ ਬਣ ਕੇ ਢੀਡੀ ਲੰਘ ਗਿਆ ਹੋਊਗਾ, ਇੱਧਰ ਪਾਏ ਦਰਦੀ ਹੁਣ ਰੇਹੜੀ ਚੱਕੀ ਜਾਂਦੀ ਹੈ ਭਾਈ, ਮੈਨੂੰ ਘਰ ਛੱਡਿਆ ਹੁਣ। ਲਓ ਭਾਈ ਆ ਫੜੋ, ਮਾੜਾ ਰੋਂਦਾ ਗਾ, ਲੈ ਬਾਪੂ ਮੈਨੂੰ ਹੀ ਫੜਾ ਦੇ, ਆ ਜਾ ਪੁੱਤੋ। ਮੰਮੀ ਨਾ ਬਾਹਾਂ ਹੀ ਢੰਗ ਲੈਣਾ ਜਿਵੇਂ ਗਰਮੀ ਹੁੰਦੀ ਹੈ ਭਾਈ, ਸਾਰੇ ਭੁੱਲ ਜਾਂਦੇ ਆਦਤ ਜੀ ਪਈ ਵੀ। ਲਿਆਓ ਭਾਈ ਲਿਆਓ 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 ਮੇਰਾ ਸ਼ੇਰ, ਉਹ ਤੁਹਾਨੂੰ ਵੀ ਮਾੜਾ ਮੋਟਾ ਸਮਝਾ ਦਿਆ ਕਰੋ, ਜਵਾਕਾਂ ਨੂੰ 10 ਵਜੇ ਉੱਠਦੇ ਆ। ਕੋਈ ਨਾ ਬਾਪੂ, ਠੰਡ ਜੀ ਕਰਕੇ ਉੱਠਦੇ ਨੇ, ਕੰਮ ਤਾਂ ਮੈਂ ਕਰ ਹੀ ਲੈਂਦੀ ਹੈਗੀ। ਅੱਜ ਮੈਨੂੰ ਦੱਸਿਆ ਕਿਸੇ ਨੇ, ਮੈਂ ਜਦੋਂ ਇੱਥੇ ਅੰਬਰਸਰ ਗਿਆ ਸੀਗਾ ਕਹਿੰਦੇ 9-9 ਵਜੇ ਤਾਰ ਕੱਢਦੇ ਰਹੇ, 10 ਵਜੇ ਤਾਂ ਇਦੋਂ ਫਿਰ ਪਸ਼ੂ ਵੇਚ ਦਿਓ ਭਾਈ, ਮੁੱਲ ਲਿਆ ਕਰੋ 4 ਕਿਲੋ। ਨਾ ਕੋਈ ਨਾ ਬਾਪੂ ਜੀ, ਉਸਨੇ ਉੱਠਦੇ ਨੇ, ਹੁਣ ਕੀ ਦੇਖਦਾ ਤਾਂ ਬੇਸ਼ੱਕ ਕਵੇਲਾ ਹੋ ਜੇ। ਚਲੋ ਭਾਈ ਛੋਟੀ ਮਰਜ਼ੀ ਹੈ, ਕਰਨਾ ਤਾਂ ਤੁਸੀਂ ਆ, ਪਰ ਜੇ ਟਾਈਮ ਨਾਲ ਕਰ ਲਓਗੇ ਚੰਗਾ ਲੱਗਦਾ ਕੰਮ, ਹੋਰ ਕੁਛ ਨਹੀਂ। ਤੁਹਾਨੂੰ ਤਾਂ ਐਂ ਲੱਗਦਾ ਮੈਨੂੰ ਟੋਕਦਾ, ਮੈਂ ਟੋਕਦਾ ਨਹੀਂ, ਮੈਂ ਐਂ ਕਹਿਣਾ ਵੀ ਜਿਹੜੇ 4 ਬੰਦੇ ਨੂੰ ਚੰਗਾ ਲੱਗੇ ਉਹ ਵਧੀਆ ਰਹਿੰਦਾ ਗਾ। ਨਾ ਕੋਈ ਨਾ ਬਾਪੂ ਜੀ, ਮੈਂ ਕਹਿ ਦੂੰਗੀ, ਟੋਕਣਾ ਤਾਂ ਕਿਹੜੀ ਗੱਲ, ਤੇ ਤੁਸੀਂ ਵੀ ਚੰਗੇ ਲਈ ਕਹਿੰਦੇ ਹੋਗੇ। ਦੇਖ ਭਾਈ, ਮੈਂ ਤਾਂ ਛੋਟੇ ਚੰਗੇ ਵਾਸਤੇ ਕਹਿਣਾ ਹੁੰਦਾ ਗਾ, ਉਹਨਾਂ ਨੂੰ ਤਾਂ ਐਂ ਲੱਗਦਾ ਗਾ ਜਦੋਂ ਮੈਂ ਕਹਿਣਾ ਵੀ ਸਾਡੇ ਤਾਂ ਨੀਂਦ ਖਰਾਬ ਹੁੰਦੀ ਹੈਗੀ, ਮੈਂ ਤਾਂ ਛੋਟੇ ਭਲੇ ਵਾਸਤੇ ਕਹਿਣਾ। ਜੇ ਮੈਂ ਕਹੂੰਗਾ ਤੁਹਾਨੂੰ ਭਾਈ, ਫੇਰ ਹੀ ਕਿਸੇ ਗੱਲਬਾਤ ਦਾ ਪਤਾ ਲੱਗੂਗਾ, ਨਹੀਂ ਅੱਗੇ ਛੋਟੀ ਮਰਜ਼ੀ ਹੈ ਭਾਈ, ਤੁਸੀਂ ਆਪਦਾ ਕਰਨਾ ਜਿਵੇਂ ਮਰਜ਼ੀ ਕਰ ਲਿਆ ਕਰੋ। ਇਹ ਤਾਂ ਠੀਕ ਆ ਬਾਪੂ ਜੀ, ਤੁਸੀਂ ਤਾਂ ਚੰਗੇ ਲਈ ਕਹਿੰਦੇ, ਮੈਂ ਤਾਂ ਬਹੁਤ ਸਮਝਾਤਾ ਬਾਪੂ ਜੀ, ਵੀ ਸਦਿਆਂ ਉੱਠ ਖੜਿਆ ਕਰੋ ਅੱਗੇ, ਹੁਣ ਬਾਪੂ ਜੀ ਇਹਨਾਂ ਦੀ ਮਰਜ਼ੀ ਆ, ਕਹਿੰਦੇ ਇੱਕ ਵਾਰੀ ਤੁਸੀਂ ਸਮਝਾ ਕੇ ਦੇਖ ਲਓ। ਸਮਝਾਉਣੀ ਪਊ ਭਾਈ, ਤੂੰ ਐਂ ਦੇਖ ਲਾ ਵੀ 10 ਵਜੇ ਕਿਹੜਾ ਧਾਰਾ ਕੱਢਦਾ ਹੁੰਦਾ, 9 ਵਜੇ 9 ਵਜੇ ਉੱਠਣ ਆਦਤ ਟਾਈਮ ਬਣਾ ਲਿਆ, ਧਾਰਾ ਤਾਂ 5 ਵਜੇ ਜਾਂ 6 ਵਜੇ ਬਣਦੀਆਂ ਗੀਆਂ, 5-6 ਵਜੇ ਕੱਢਿਆ ਕਰੋ। ਜੇ ਨਹੀਂ ਨਿਕਲਦੀਆਂ ਨਾ ਸਾਰੇ ਪਸ਼ੂ ਵੇਚ ਦਿਓ, ਚੁੱਪ ਕਰਕੇ ਮੁੱਲ ਲਿਆ ਕਰੋ ਸਾਰਿਆਂ ਨੂੰ ਵਧੀਆ, ਨਾ ਤਾਂ ਆਪਾਂ ਨੂੰ ਕੱਖ ਪਾਉਣੇ ਪੈਣਾ ਤੇ ਨਾ ਆਪਾਂ ਨੂੰ ਕੁਛ ਕਰਨਾ ਪਵੇ। ਕਾਹਨੂੰ ਵੇਚਣੇ ਬਾਪੂ ਜੀ ਡੰਗਰ, ਕੋਈ ਨੀ ਮੈਂ ਆਪ ਹੀ ਕਰ ਲਿਆ ਬਾਪੂ ਜੀ ਡੰਗਰਾਂ ਦਾ, ਹੁਣ ਕੱਲ ਤੋਂ ਕੇਰਾਂ ਕਰਕੇ ਦੇਖ ਲੂੰਗੀ। ਫਿਰ ਐਂ ਨੀ ਗੱਲ ਆ, ਜਿਵੇਂ ਆਹ ਚਾਹ ਦੇ ਕਿੰਨੀ ਕਿੰਨੀ ਮਲਾਈ ਆ ਜਾਂਦੀ, ਫਿਰ ਇਹ ਤਾਂ ਨੀ ਪੀਣ ਨੂੰ ਮਿਲਦੀ, ਫਿਰ ਤਾਂ ਮਲਾਈ ਆਉਣ ਦੀ ਲੋੜ ਹੀ ਨੀ, ਫੂਕ ਮਾਰਨ ਦੀ ਵੀ ਲੋੜ ਨੀ ਪਿਆ ਕਰੀ, ਸਿੱਧੀ ਚਾਹ ਪੀਣੀ ਪਿਆ ਕਰੋ, ਐਂ ਕਿਹਾ ਕਰੋ ਮਲਾਈ ਗਈ ਕਿੱਧਰ, ਇਹ ਮਲਾਈ ਮਿਲੂ ਨੀ ਆਉਂਦੀ ਚਾਹ ਤੇ। ਓਏ ਆ ਜਾ ਹੁਣ, ਕੱਖ ਦਾ 4 ਵਜੇ ਦੇ ਪਾਏ ਗਏ ਮੇਰੇ, ਇਹ ਤੱਕ ਪਸ਼ੂ ਤੁਹਾਡੇ ਹਿਸਾਬ ਦੇ ਕਿਤੇ ਖੜੇ ਹੈਗੇ। ਉਹ ਮੈਨੂੰ ਐਂ ਸੀ ਬਾਪੂ ਕਿਤੇ ਪਾਏ ਨੀ, ਤੁਹਾਨੂੰ ਤਾਂ ਬਾਹਲਾ ਕੁਛ ਹੁੰਦਾ, ਤੁਹਾਨੂੰ ਤਾਂ ਆਹ ਪਾ ਕੇ ਕੋਟ ਤੇ ਪਾ ਕੇ ਪੈਂਟਾਂ ਤੇ ਪਾ ਕੇ ਬੂਟ ਤੇ ਫੇਰ ਕੱਖ ਪਾਉਣੇ ਆ, ਕੋਈ ਸਰਦਾ ਨੀ ਤੁਹਾਨੂੰ ਇੱਕ ਬਸ ਐਂ ਵੇਲਾ ਵੀ ਛੱਡਦਾ ਰੇੜੀ ਜੀ ਪਾ ਕੇ, ਉਹ ਮੈਂ ਜਿਹੜਾ ਖੇਤੋਂ 4 ਲਿਆਉਣੇ ਨਾ ਥੱਲੇ ਲਾਇਆ ਕਰੋ, ਇਹਨੂੰ ਖੁੰਡਾਇਆ ਕਰੋ, ਗਰਮਾਇਸ਼ ਹੁੰਦਾ, ਕੱਲ੍ਹ ਜੇ ਕਿਸੇ ਪਸ਼ੂ ਤੇ ਗਰਮਾ ਪੈ ਗਈ 90-90 ਹਜ਼ਾਰ ਦੀਆਂ ਮੈਸਾਂ ਦਾ ਕੀ ਕਰੇਗਾ, ਤੁਹਾਨੂੰ ਤਾਂ ਇਹ ਨੀ ਗਾ, ਇਹ ਠੰਡਾ ਕਰ ਤਾਂ ਐਂ ਨੀ ਛੱਟੇ ਹੁੰਦਾ ਜੇ ਚਾਹ ਬਣਾ ਕੇ ਨਾ, ਦੋ ਟੋਕਰੇ ਛੱਡ ਦੇ ਬਾਅਦ ਚ ਮੈਂ ਲਾਉਣੀ ਲਾ ਦੇ ਬਾਪੂ, ਇਹਦਾ ਗਰਮ ਕਰਨ ਵਾਲਾ ਤਾਂ ਭਾਫਾ ਮਾਰੀ ਜਾਂਦੀਆਂ ਨੇ, ਥਾ ਕੇ ਲਾ ਪਹਿਲਾਂ ਥੱਲੇ ਲਾਹੋ ਗੱਡੀ ਚੋਂ, ਲਾ ਕੇ ਇਹਨੂੰ ਖੰਡਾਓ, ਬੰਦਿਆਂ ਨੂੰ ਭੈਣ ਭਾਈ ਜਿਵੇਂ ਚਾਹ ਕੰਮ ਕਰਦੇ ਉਵੇਂ, ਨਹੀਂ ਪਤਾ ਹੁੰਦਾ ਤਾਂ ਕਰਦੇ ਨੂੰ ਦੇਖ ਲੇ, ਜੇ ਨਾ ਕਰਦੇ ਨੂੰ ਦੇਖਣਾ ਹੋਵੇ ਤਾਂ ਉਹ ਪੁੱਛ ਲੈ ਕਿਸੇ ਨੂੰ, ਨਾ ਖੰਡਾਉਂਦੇ ਸੀ ਬਾਪੂ ਮੈਂ ਆਉਂਦਾ ਸੀਗਾ, ਚਲ ਤਾਂ ਸਾਡਾ, ਮੈਂ ਤੈਨੂੰ ਐਂ ਕਹਿੰਦਾ ਸੀਗਾ
ਉਹ ਨਾਲ ਲੱਗਦਾ ਆਪਣਾ ਸੰਤੇ ਕਾ ਬਾਹਰ ਬਣਦਾ ਸੀ, ਦੋ ਕਿੱਲੇ ਵੇਚਦੇ ਆ ਉਹ, ਜੇ ਹੈਗਾ ਥੋੜੇ ਘੱਟੇ ਪੈਸੇ ਪੂਸੇ ਆਪਾਂ ਮੈਂ ਉਹ ਲੈ ਲੈਂਦੇ ਹਾਂ। ਗਹਿਣੇ ਗੱਟੇ ਲਾ ਕੇ ਬਾਪੂ ਮੇਰੇ ਕੋਲ 5-7 ਲੱਖ ਦਾ ਹੋਊਗਾ, ਬਾਕੀ ਚੰਨੀ ਬਾਈ ਨੂੰ ਪੁੱਛ ਲਈ। ਅੱਛਾ ਤੇਰੇ ਕੋਲ 5-7 ਲੱਖ ਰੁਪਇਆ ਹੈਗਾ? ਉਹ ਮੇਰੇ ਕੋਲ ਕਿੱਥੇ ਬਾਪੂ, ਮੈਂ ਤਾਂ ਉਹ ਕਹਿਣਾ ਜਿਹੜੇ ਆਪਣੇ ਸਾਂਝੇ ਪਏ ਸਾਰੇ ਘਰੇ। ਉਹਨਾਂ ਦਾ ਮੈਨੂੰ ਬਾਪੂ ਨੂੰ ਵੀ ਪਤਾ ਹੀ ਹੈ, ਬਾਪੂ ਨੂੰ ਦੱਸ ਤਾਂ ਮੈਂ ਤਾਂ ਐਂ ਪੁੱਛਦਾ ਸੀ, ਮੈਂ ਕਈ ਵਾਰ ਬੰਦਾ ਘਰੇ ਬੁੜੀਆਂ ਹੇਠ ਪੇ ਕਰ ਲੈਂਦੇ, ਤੁਹਾਡੇ ਕੋਲ ਰੱਖਿਆ ਹੋਵੇ 5-4 ਲੱਖ ਰੁਪਇਆ। ਨਾ ਨਾ ਬਾਪੂ ਮੇਰੇ ਕੋਲ ਤਾਂ ਗਹਿਣੇ ਗੁਣੇ ਆ, ਫਿਰ ਉਹਦੇ ਵਾਲੇ ਵਿਆਹ ਵਾਲੇ, ਚੰਨੀ ਨੂੰ ਪੁੱਛ ਲਾਂਗੇ, ਚੰਨੀ ਕੋਲ ਹੋਣਗੇ 5-4 ਲੱਖ ਤਾਂ ਹੋਊਗਾ ਚੰਨੀ ਕੋਲ ਵੱਡਾ। ਫਿਰ ਵੀ ਮੈਨੂੰ ਤਾਂ ਇਹ ਸੀ ਮੈਂ ਚੱਲ ਤੁਸੀਂ ਕੁਛ ਕਰ ਲਓ, ਕੁਛ ਖੱਬਾ ਹੈਗਾ ਮੈਂ ਕਰ ਲੂੰਗਾ, ਮੈਂ ਤਾਂ ਐਂ ਜੀ ਹਿਸਾਬ ਲਾਇਆ ਸੀ, ਮੈਂ ਚੱਲ 2 ਕਿੱਲੇ ਨਾਲ ਲੱਗਦੇ ਬਣ ਜਾਂਦੇ ਆ, ਨਹੀਂ ਉੱਥੇ ਕੋਈ ਹੋਰ ਆਊਗਾ ਵੀ ਲੜਿਆ ਕਰੂੰਗੇ, ਮੈਂ ਤਾਂ ਫਿਰ ਟਾਈਮ ਕੱਢ ਹੀ ਲਿਆ ਕਿਵੇਂ ਨਾ ਕਿਵੇਂ ਕਰਕੇ। ਫੜ ਤੜ ਕੇ ਕਰ ਲਾਂਗੇ ਫਿਰ ਬਾਪੂ ਕਿਸ ਤੋਂ, ਲੈ ਫਿਰ ਫੜ ਫੜ ਕੇ ਕਰ ਲਾ, ਐਂ ਕਰ ਲਾ, ਚੱਲ ਲਿਆ ਫਿਰ ਜਿਹਦੇ ਲਿਆਉਣਾਗਾ। ਬਾਪੂ ਤੈਨੂੰ ਮੰਗਣੇ ਪੈਣਗੇ ਫਿਰ ਕਿਸ ਤੋਂ, ਸਾਨੂੰ ਕੌਣ ਦਿੰਦਾ ਮੰਗਿਆ ਕੁਛ, ਜਿੰਨਾ ਟਾਈਮ ਬਾਪੂ ਤੂੰ ਫੋਨ ਨਾ ਕਰੇ ਸਾਨੂੰ ਤਾੜ ਤੋਂ 2000 ਰੁਪਏ ਨਹੀਂ ਦਿੰਦਾ, ਤੇ 5-7 ਲੱਖ ਰੁਪਏ ਕਿੱਥੋਂ ਦੇਊਗਾ? ਓਹੋ ਮੈਂ ਆੜਤੀ ਤੋਂ ਨਹੀਂ ਗੱਲ ਕਰਦਾ, ਮੈਂ ਤਾਂ ਐਂ ਕਹਿਣਾ ਗਾ, ਮੈਂ ਇੰਨਾ ਛੋਟੇ ਜਾਣਾ ਦੋਸਤ ਹੈਗੇ 20-20 ਫੜਿਆ, 50-50 ਫੜਿਆ, ਇਹਨਾਂ ਦੇ ਕਦੇ ਸਾਡੇ ਉਹ ਬਾਹਰ ਤੱਕੜੇ ਫਲਾਣੇ ਤੱਕੜੇ ਆ ਗਏ। ਉਹ ਐ ਨਾ ਬਾਪੂ ਲੋੜ ਪੈਣ ਤੇ ਕੋਈ ਨਹੀਂ ਖੜਦਾ ਹੁੰਦਾ, 1 ਰੁਪਏ ਅਗਲਾ ਕੋਈ ਕੋਈ ਨਹੀਂ ਦਿੰਦਾ ਐ, ਨਾਲੇ ਆਪਾਂ ਕਿੱਥੇ ਦੇਵਾਂਗੇ ਕਿਸੇ ਨੂੰ, ਜਾ ਪਾਲਾ ਫਿਰ ਕੱਖ ਪਾਉਣ ਜੋਗਾ ਨਹੀਂ ਐ ਮੈਨੂੰ ਲੱਗਿਆ ਪਤਾ ਤੇਰਾ। ਚੱਲ ਚੰਨੀ ਨੂੰ ਪੁੱਛ ਲਈ, ਚੰਨੀ ਨੂੰ ਆਇਆ ਕਰ ਲੂੰਗਾ 2-4 ਲੱਖ ਦਾ ਹੱਲ, ਸਾਰੇ ਸੁਰਿਆਂ ਨੂੰ ਪੁੱਛ ਲਾਂਗੇ, ਨਾਲੇ ਕਰ ਲੂੰਗਾ ਨਾਲੇ ਸਾਰਿਆਂ ਨੂੰ ਪੁੱਛਾਂਗੇ, ਜਦ ਕਰਕੇ ਦਿਖਾਓ ਫੇਰ ਹੀ ਆ, ਨਾਲੇ ਤਾਂ ਕਰ ਲਾਂਗੇ ਨਾਲੇ ਕਰ ਲੂੰਗਾ, ਗੱਲਾਂ ਮਾਰਦੇ ਆ, ਇਹ ਤਾਂ ਆਪ ਨੂੰ ਵੀ ਅੱਖ ਚੱਪਣਾ ਪਊਗਾ, ਉਹਨੂੰ ਵੀ ਪੁੱਛ ਕੇ ਦੇਖ ਲਈਏ ਮਾੜਾ ਜਿਹਾ। ਉਹ ਚੰਨੀ ਕਿੱਥੇ ਆ ਭਾਈ, ਚੰਨੀ ਉਰੇ ਆ ਭੇਜੋ ਮੇਰਾ ਮਾੜਾ ਚੰਨੀ ਨੂੰ ਮੇਰੇ ਕੋਲ। ਦੋ ਜਾਣੇ ਬਾੜੇ ਚ ਫਿਰਦੇ ਆ, ਦੱਸ ਇੱਥੇ ਦੋ ਤਾਂ ਮੈਸਾਂ ਗਈਆਂ, ਉਹ ਨੌਰਾ ਗਾਗਾ ਖਤਰੀਆਂ ਦਾ। ਉਹ ਨਹੀਂ ਬਾਪੂ ਉਹਦਾ ਖੇਤ ਗਿਆ ਵਾ ਯਾਰ, ਐ ਮਰੀ ਜਾਂਦੀ ਇਹਦਾ ਭਾਬੀ ਬੈਠੀ ਬੌਲੀ, ਇਹਨਾਂ ਨੂੰ ਆਈ ਨੀ ਪਤਾ ਬੰਦਾ ਘਰੇ ਹੈਗਾ ਖੇਤ ਹੈਗਾ। ਚੱਲ ਕੋਈ ਨੀ ਜਦੋਂ ਆ ਗਏ ਮੇਰੇ ਨਾਲ ਕਰਾਓ ਗੱਲ ਉਹਦੀ। ਉਹ ਭੈਣ ਦੇ ਵੀਰਾਂ ਲੈ ਪਾਲਕ ਜੀ ਸਾਰੀ ਲੈ ਗਿਆ ਵੱਢ ਕੇ, ਕੋਈ ਵੀ ਮੈਂ ਮਸਾਂ ਬੀਜੀ ਸੀ, ਨਾ ਕੋਈ ਰੇਹ ਪਾਈ ਨਾ ਸਰਪੇ ਪਾਈ ਸੀ, ਕਲੀ ਘਰ ਦੀ ਖਾਦ ਪਾਈ ਸੀ, ਮੈਨੂੰ ਤਾਂ ਐਂ ਸੀ ਸਾਗ ਚ ਪਾ ਕੇ ਵਧੀਆ ਖਾਵਾਂਗੇ, ਪਹਿਲਾਂ ਤਾਂ ਵਧੀਆ ਸੀ ਬਣ ਗਿਆ ਸਾਗ, ਮੈਨੂੰ ਤਾਂ ਐਂ ਪਰਸੋਂ ਫੇਰ ਵਾਰੀ ਆਜੂਗੀ ਬਣਾ ਲਾਂਗੇ ਪਸਾਗ, ਪਰ ਪਹਿਲੇ ਹੀ ਭਾਵੇਂ ਕੋਈ ਰੋਗ ਲਾ ਗਿਆ, ਮਿਲਟੀ ਮਾਰਦਾ ਚੋਰੀ ਕਰਨ ਤੇ, ਲੈ ਆ ਲੈ ਜਮਾ ਸਰਾ ਪਹਿਲਾਂ ਛੋਟੀਆਂ ਛੋਟੀਆਂ ਮੂਲੀਆਂ ਭੇਜ ਲੈ, ਉਹੀ ਪੱਟ ਪੱਟ ਕੇ ਸਿੱਟੀ ਦਾ ਕੀ ਕਸੂਰ ਇਹਨੂੰ, ਵੀ ਲੈ ਜਾ ਇਹਨੂੰ ਸੁੱਟ ਦੇ, ਲੈ ਆਹ ਸੁੱਟ ਗਿਆ, ਉਹੀ ਪਤਾ ਲੱਗ ਜਾਂਦਾ ਮੂਲੀ ਛੋਟੀ ਆ ਵੱਡੀ ਆ। ਚੱਲ ਚੱਲੀ ਯਾਰ ਪਾਣੀ ਤੇ ਲੱਗ ਗਿਆ, ਠੰਡ ਵੀ ਹੋ ਗਈ ਓਏ, ਪਹਿਲਾਂ ਪਾਣੀ ਚ ਠੰਡ ਲੱਗੀ ਨੀ ਹੁਣ ਠੰਡ ਲੱਗਣ ਲੱਗ ਗਈ। ਚੱਲ ਚੱਲੀ ਯਾਰ, ਚਾਹ ਪੀਏ ਪਹਿਲਾਂ, ਉਹ ਚਾਹ ਬਣੀ ਆ, ਚਾਹ ਤੂੰ ਬਣੀ ਆ? ਚਾਹ ਤਾਂ ਬਣੀ ਆ, ਮੈਂ ਹੁਣੀ ਵੀ ਕਿਸੇ ਟਾਈਮ ਮੈਂ ਕਰਾਈ ਸੀਗੀ। ਲਾਇਆ ਪਾਣੀ? ਹਾਂ ਬਾਪੂ ਲਾਇਆ ਪਾਣੀ ਤੇ ਮੈਂ। ਚਲੋ ਚੰਗੀ ਗੱਲ, ਉਹ ਸਾਰੀ ਪਾਲਕ ਵੱਢ ਕੇ ਲੈ ਗਿਆ ਉੱਥੋਂ, ਪਤਾ ਨੀ ਕਿਹੜਾ ਚਲ ਕਿਹਾ ਹੈਗਾ ਪਾਲਕ, ਤੁਸੀਂ ਇਹਦੇ ਕੋਠਿਆਂ ਦੇ ਵਿੱਚ ਜੇ ਲਾਇਆ ਕਰੋ, ਪਤਾ ਨੀ ਲੱਗਦਾ ਕਿਸੇ ਨੂੰ, ਉਹ ਨਾਲ ਹੀ ਲਾਈ ਹੋਈ ਆ ਕੋਠੇ ਦੇ, ਉੱਥੋਂ ਵੀ ਲੈ ਗਿਆ ਕੋਈ? ਚੋਰ ਉੱਥੋਂ ਹੀ ਲੈ ਕੇ ਗਿਆ। ਅੱਛਾ ਜੀ, ਤੋ ਮੇਥੇ ਤਾਂ ਵੱਢ ਕੇ ਲੈ ਗਿਆ, ਕੱਲੀ ਮੇਥੀ ਹੀ ਰਹਿ ਗਈ। ਚਲ ਕੋਈ ਗੱਲ, ਜਾਂ ਧਨੀਆ ਰਹਿ ਗਿਆ। ਉਹ ਚੱਲ ਕੋਈ ਨੀ, ਫਿਰ ਕੋਈ ਭੈਣ ਭਾਈ ਐਂ ਤਾਂ ਲਈ ਜਾਂਦਾ ਚੀਜ਼ ਖੇ ਦੇਖ ਕੇ, ਚੱਲ ਕੋਈ ਗੱਲ ਨੀ, ਮਾੜੀਆਂ ਮਾੜੀਆਂ ਗੱਲਾਂ ਤੇ ਨਾ ਹੋ ਕਰੇ ਕਰੋ, ਕੋਈ ਗੱਲ ਨੀ, ਇਹ ਕੰਮ ਆ ਜੇ। ਚੱਲ ਉਹ ਬਿਨ ਰੇਹ ਸਪੇਅਰ ਤੋਂ ਸੀ, ਮੈਂ ਚੱਲ ਸਾਗ ਪਹਿਲਾਂ ਵਧੀਆ ਬਣ ਗਿਆ ਸੀ ਨਾ, ਪੂਰਾ ਸਵਾਦ ਬਣਾਇਆ ਸੀ ਉਹ ਪਾਲਕ ਨਾਲ, ਹੈ ਰੇਹ ਵਗੈਰਾ ਇਹ ਸਪੇਅਰ ਤੋਂ ਸੀ। ਉਹ ਸੀ ਤਾਂ ਸੀ, ਤਾਂ ਅਸੀਂ ਤੈਨੂੰ ਕਹਿੰਦੇ ਨਾ ਵੀ ਇੱਧਰ ਥੋੜੀ ਅੱਡ ਬੀਜਦੇ ਕਰੋ, ਜਿਹੜੇ ਪੱਧ ਪਾਉਣੇ ਨੇ ਇਹਦੇ ਇਹਦੇ ਕੋਠਿਆਂ ਦੇ ਵਿਚਾਲੇ ਜੇ ਉਹ ਛੱਡਿਆ ਕਰੋ, ਚੈਂ ਕਰਾਂਗੇ ਵੱਟਾਂ ਦੇ ਬੀਜਿਆ ਕਰਾਂਗੇ, ਅਗਲੀ ਵਾਰ ਕਣਕ ਹੋਈ ਨਾ ਨਾਲ ਨਾਲ ਬੀਜ ਦਾਂਗੇ, ਤੇ ਨਾਲ ਤੈਨੂੰ ਸੱਤੀ ਜੇ ਉਹ ਯਾਦ ਕਰਦਾ ਛੱਤੀ। ਉਹ ਸੱਤੀ ਤਾਂ ਯਾਦ ਕਰਦਾ ਸੀਗਾ, ਸੱਤੀ ਆਈ ਤਾਂ ਮੈਂ ਪਹਿਲਾਂ ਉਹਦੇ ਨਾਲ ਵੀ ਗੱਲ ਕਰਕੇ ਹਟਿਆ ਆਪਣੇ ਨਾਲ ਦੂਜੇ ਨਾਲ, ਤਾਂ ਮੈਂ ਦੱਸਦਾ ਉਹਨਾਂ ਨੇ ਮੁੰਡੇ ਨੇ ਬਾਹਰ ਜਾਣਾ ਗਾ। ਹਾਂ ਮੈਨੂੰ ਪਤਾ ਉਹ ਜਾਣਾ ਹੈਗਾ, ਤੇ ਉਹ ਵਾਹਣ ਦਿੰਦੇ ਆ 2 ਕਿੱਲੇ।
ਦੋ ਕਿਲੇ ਦਿੰਦੇ ਆ? ਹਾਂ, ਤੇ ਉਹ ਕਹਿੰਦਾ ਸੀ ਵੀ ਚੱਲ ਤੁਸੀਂ ਦੇਖ ਲਓ, ਕੱਲ੍ਹ ਨੂੰ ਕਹੋਗੇ ਵੀ ਸਾਨੂੰ ਪੁੱਛਿਆ ਨੀਗਾ ਤੇ ਹੋਰ ਨੂੰ ਲਿਆ ਕੇ ਇੱਥੇ ਫਸਾ ਤਾ। ਮੈਂ ਚੱਲ ਕੋਈ ਗੱਲ ਨੀ ਸੀ, ਕਰ ਲਾਂਗੇ ਰਾਏ। ਹੁਣ ਮੈਂ ਪਹਿਲਾਂ ਉਹਦੇ ਨਾਲ ਕਰੀ ਸੀ ਰਾਏ ਵੀ ਹਿਸਾਬ ਕਿਤਾਬ ਪੁੱਛੇ ਪੁੱਛੇ ਕਿੰਨੇ ਕਾ ਤੇਰੇ ਕੋਲੇ ਮਖਾ। ਉਹ ਤਾਂ ਉਹੀ ਬਸ ਜਿਹੜਾ ਘਰੇ ਸਿਆਣਾ ਸੋਣਾ ਉਹੀ ਕਹਿੰਦਾ ਸੀ, 7 ਲੱਖ ਦਾ ਸਮਾਨ ਜਾਏਗਾ ਮੇਰੇ ਕੋਲ ਕਹਿੰਦਾ ਸੀ। ਉਹ ਤਾਂ ਆਪਾਂ ਦੇ ਆਸਣ ਜੀ 7 ਲੱਖ ਰੁਪਈਆ, ਉਹ ਤਾਂ ਮੈਨੂੰ ਪਤਾ। ਹਾਂ, ਫਿਰ ਉਹ ਪੈਸੇ ਕਿੰਨੇ ਮੰਗਦੇ ਆ? ਭਾਈ ਤਾਂ ਹੁਣ ਜਿਹੜਾ ਰੇਟ ਚੱਲਦਾ ਕਹਿੰਦੇ ਭਾਈ ਉਹ ਤੈਨੂੰ ਪਤਾ ਹੀ ਆ, ਘੱਟੋ ਘੱਟ ਹੁਣ ਤਾਂ ਮੰਨੇ ਆ 18-19 ਜਾਂ 20 ਨੂੰ ਇੱਥੇ ਇੱਥੇ ਜਾਊਗਾ। ਮੈਂ 20 ਤਾਂ ਕਹਿੰਦੇ ਆ, ਵੱਧ ਤੋਂ ਵੱਧ ਉਹ ਘੱਟ ਹੋਈ ਜਾਣਗੇ ਯਾਰ, ਗਵਾਂਢ ਮੱਥੇ ਪਾ ਕੇ ਚੱਲ ਦਾਅ ਪਾ ਲਾਂਗੇ। ਮੰਗਦੇ ਤਾਂ ਕਹਿੰਦਾ 20 ਹੀ ਆ ਉਹ। 20 ਤਾਂ ਲੱਗ ਗਿਆ ਇਹਨਾਂ ਦੇ, ਕਿਵੇਂ 20 ਤਾਂ ਲਾ ਤਾਣੇ ਪਰਲਿਆਂ ਨੇ। ਉਹ ਲਾ ਤਾਂ ਦਿੱਤਾ ਹੋਊਗਾ, ਪਰ ਮੈਨੂੰ ਉਹਨੇ 20 ਕਿਹਾ, ਕਹਿੰਦੇ ਕੁਛ ਮਰਜ਼ੀ ਲੱਗੀ ਜਾਂ ਨਾ ਲੱਗੀ ਜਾਵੇ, ਕਹਿੰਦੇ ਜੇ ਤੁਸੀਂ ਰੱਖੋਗੇ ਅਸੀਂ ਤੁਹਾਨੂੰ ਤੁਹਾਡੇ ਵਾਸਤੇ 20 ਆ, ਤੁਹਾਨੂੰ ਜਿਹੜੀ ਗੱਲ ਕਹੀ। ਤਾਂ 20 ਫਿਰ ਪੈਸੇ ਇੰਨੇ 40 ਲੱਖ ਬਣ ਜਾਊਗਾ ਟੋਟ ਬਾਪੂ। 40 ਲੱਖ ਦਾ ਇੰਤਜ਼ਾਮ ਹੁਣ ਕਰਨਾ ਔਖਾ। ਉਹ ਮੈਨੂੰ ਆਇਆ ਸੀ, ਮੈਂ ਕਿਹਾ ਕੁਛ ਤੁਸੀਂ ਕਰ ਲਓ ਰਲ ਮਿਲ ਕੇ, ਕਿਸੇ ਦੀ ਮਦਦ ਨਾਲ ਲੈ ਲਓ ਨਾਲ, ਕੁਛ ਅਜੇ 20 ਵੀ ਹੁੰਦਾ, ਕੁਛ ਆਪਾਂ ਮੈਨੂੰ ਮੈਨੇਜਰ ਟੱਕ ਰਿਹਾ ਸੀ, ਕੁਛ ਆਪਾਂ ਲਾਉਣ ਕਰਾ ਲਾਂਗੇ। ਹਾਂ, ਮੈਨੇਜਰ ਤਾਂ ਕਹਿੰਦਾ ਲਾਉਣ ਕਰਾ ਲਾਂਗੇ, ਫਿਰ ਕਿੰਨੇ ਕੁ ਬਣੂ ਘੱਟੋ ਘੱਟ? ਜੇ ਗਹਿਣੇ ਵੇਚ ਤੇ ਗਹਿਣੇ ਵੇਚ ਦੂਗਾ, ਜੇ ਗਹਿਣੇ ਵਿੱਚ 10-20 ਤੋਲੇ ਤਾਂ ਹੈਗੇ, 10-10 ਤੋਲੇ ਮੇਰੇ ਕੋਲ, 10 ਉਹਦੇ ਕੋਲ, 10 ਲੱਖ ਤਾਂ ਉਹ ਹੋ ਗਿਆ, ਅਤੇ 7-17 ਕੁਛ ਮਰ ਜਾ ਆੜਤੇ ਵਾਲਾ 5-4, 1 ਕਿੱਲੇ ਦਾ ਤਾਂ ਹੋ ਜੂ ਗੱਲ ਬਾਪੂ, ਪਰ ਕਿੱਲਾ ਰਹਿ ਜੂ ਇੱਕ, ਅਤੇ ਕਿੱਲੇ ਫਿਰ ਲਾਉਣ ਲੈ ਲਾਂਗੇ। ਹੋਰ ਕੀ ਹੈ ਲਾਉਣ? ਮੂਹਰੇ ਫਿਰ ਇਹਦੇ ਗਾਂ ਮੂਹਰੇ ਫਸਲ ਵੀ ਆਊ ਇਹਦੀ, ਪਰ ਲਾਉਣ ਬਾਪੂ ਮੇਰੇ ਨਾਮ 'ਤੇ ਹੋਊਗਾ, ਜਾਂ ਨਾ ਛੋਟੇ ਦੇ ਹੋਏ ਨਾ ਤੇਰੇ ਹੋਏ, ਪਹਿਲਾਂ ਲਿਮਿਟ ਵੀ ਨਹੀਂ ਬਣੀ ਤੇਰੇ ਵਾਲੇ, ਮੇਰੇ ਨਾਮ 'ਤੇ ਚੱਲੀ ਜਾਂਦੀ ਆ ਲਿਮਿਟ ਸਾਰੀ। ਅਤੇ ਤੇਰੇ ਨਾਂ 'ਤੇ ਹੋਏ ਤਾਂ ਕੀ ਆ, ਜ਼ਮੀਨ ਵੀ ਤੇਰੇ ਨਾਂ ਹੀ ਕਰਾਵਾਂਗੇ ਆਪਾਂ। ਉਹ ਤਾਂ ਠੀਕ ਆ ਬਾਪੂ, ਉਹ ਬਾਅਦ ਕਿਸ਼ਤਾਂ ਦਾ ਔਖਾ ਹੋ ਜੇ ਨਾ। ਉਹ ਨਹੀਂ ਹੁੰਦਾ ਕਿਸ਼ਤਾਂ ਕਿਉਂ ਹੋਊਗਾ, ਹੁਣ ਰੱਖ ਵੀ ਭਰਾਂਗੇ, ਹੁਣ ਮੈਂ ਤੈਨੂੰ ਛੱਡ ਕੇ ਵਗ ਜੂੰਗਾ ਭਾਈ, ਜਿੰਨਾ ਚਿਕ ਮੇਰੇ ਸਾਹ ਵੀ ਉਹਨਾਂ ਚਿਕ ਤਾਂ ਮੈਂ ਤੇਰੇ ਨਾਲ ਖੜਾ। ਜੇ ਭਾਈ ਮੇਰੇ ਸਾਹ ਹੀ ਨਹੀਂ ਰਹੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਇਹਨਾਂ ਤੈਨੂੰ ਪਤਾ ਹੀ ਆ। ਹੁਣ ਐਂ ਥੋੜ੍ਹੀ ਮੈਂ ਤੈਨੂੰ ਡਬੋ ਦੂੰ ਕਰਲੇ ਨੂੰ, ਮੈਂ ਜ਼ਮੀਨਾਂ ਕੀ ਲੈਣਾ, ਮੈਂ ਤਾਂ ਤੁਹਾਡਾ ਮਾਰੇ ਕਹਿਣਾ ਹੈਗਾ। ਉਹ ਤਾਂ ਠੀਕ ਆ, ਚੱਲ ਹੁਣ ਸਾਹ ਨਾਲ ਦੀ ਚੀਜ਼ ਬਣ ਜਾਂਦੀ ਹੈ, ਐਂ ਥੋੜ੍ਹੀ ਮੈਂ ਤੈਨੂੰ ਇੱਥੇ ਫਸਾ ਕੇ ਛੱਡ ਦੂੰਗਾ। ਚੱਲ ਫਿਰ ਠੀਕ ਆ, ਫਿਰ ਕਰ ਲੈਂਦੇ, ਕਰ ਲੈ ਫਿਰ ਇੱਕ ਵਾਰੀ ਉਹਨੂੰ ਦੇ ਦੇ ਬਿਆਨਾ ਬੁਆਨਾ ਦੇ ਦੇ, ਕਿਹੜੇ ਹੈਗੇ 7 ਲੱਖ ਬਿਆਨਾ ਦੇ ਦੇ ਉਹਨੂੰ, ਤੇ ਦੂਜਾ ਲਾਉਣ ਆਪਾਂ ਕਹਿੰਦੇ 6 ਮਹੀਨੇ ਜਾਂ ਸਾਲ, ਕੋਈ ਟਾਈਮ ਤਾਂ ਲੱਗ ਹੀ ਜਾਂਦਾ ਲਾਉਣ 'ਤੇ, 2-3 ਮਹੀਨੇ ਤਾਂ ਲੱਗ ਹੀ ਜਾਂਦੇ ਲਾਉਣ 'ਤੇ, ਪਰ 6 ਮਹੀਨੇ ਜਾਂ ਸਾਲ, ਸਾਲ 6 ਮਹੀਨੇ 'ਤੇ ਕਰ ਲਾ। ਚੱਲ ਠੀਕ ਹੈ। ਹਾਂ, ਉਹਨਾਂ ਦੇ ਫੈਲ ਜਾਣੇ ਦਾ ਟਾਈਮ ਲੱਗੂਗਾ, ਉਹਨਾਂ ਦੇ ਕਿਹੜਾ ਮੁੰਡਾ ਜੇ ਹੋਣੀ ਨਾਲ ਦੀ ਨਾਲ ਹੀ ਵਗ ਜੂਗਾ, 3-4 ਮਹੀਨੇ ਤਾਂ ਲੱਗ ਹੀ ਜਾਣਗੇ ਬਾਹਰ ਜਾਣ 'ਤੇ ਉਹਦੇ ਫੈਲ 'ਤੇ। ਉਹ ਤਾਂ ਚੰਨੇ ਲੱਗਣਾ ਆਪਣਾ ਲਾਉਣ ਸੀ, ਉਹ ਕਹਿੰਦਾ ਸੀਗਾ ਮੈਨੂੰ ਤਾਂ ਮੇਰੇ ਚੰਨੇ ਆ ਗਏ ਤੁਹਾਡਾ ਲਾਉਣ, ਮੈਂ ਛੇਤੀ ਦੇ ਦਿਓ 15 ਦਿਨਾਂ 'ਚ ਤੁਹਾਡਾ, ਉਹਨੂੰ ਪੈਸੇ ਦਵਾ ਦੂੰ, ਕਹਿੰਦਾ ਤੁਹਾਡਾ ਸੀਗਾ ਸਿਰ ਥੋੜ੍ਹਾ ਚੰਗਾ, ਕਹਿੰਦਾ ਤੁਸੀਂ ਪਹਿਲਾਂ ਲੈਣ ਦੇਣ ਸਹੀ ਕੀਤਾ, ਕਹਿੰਦਾ ਉਹ ਤਾਂ ਮੈਨੂੰ ਐਂ ਕਹਿੰਦਾ ਸੀਗਾ। ਉਹ ਤਾਂ ਠੀਕ ਹੈ ਬਾਪੂ, ਜਿਹੜੇ ਦਾਣੇ ਆਪਦੀ ਮੁੱਠੀ 'ਚ ਆਉਣਾ ਨਾ ਉਹਦੀ ਗੱਲ ਕਰੇ, ਉਹ ਤਾਂ ਬਗਾਨੇ ਪੈਸੇ ਆ, ਬਗਾਨੇ ਪੈਸੇ ਤੇ ਆਸ ਨਾ ਰੱਖੇ। ਓਹੋ, ਹੁਣ ਐਡਾ ਵੱਡਾ ਕੰਮ, ਐਡਾ ਵੱਡਾ ਸੌਦਾ, ਮੈਂ ਬੈਂਕਾਂ ਨੇ ਪੈਸੇ ਲਾ ਕੇ ਥੋੜ੍ਹੀ ਉਹ ਕਰ ਲੂੰਗਾ, ਕੋਈ ਗੱਲ ਨਹੀਂ, ਮੈਂ ਸਾਰੇ ਦਿਮਾਗ 'ਚ ਗੱਲ ਘੁੱਕ ਜਾਂਦੀ, ਮੈਂ ਕੀ ਕਰਨਾ ਕਿੱਥੋਂ ਕੀ ਕਰਨਾ, ਮੈਂ ਆਪੇ ਕਰ ਲੂੰ, ਪਰ ਤੁਹਾਡੀ ਰਾਏ ਲੈਣੀ ਜ਼ਰੂਰੀ ਸੀ ਮੈਨੂੰ। ਨਾ ਨਾ ਕੋਈ ਨਾ ਬਾਪੂ, ਕਰ ਲਈ ਫਿਰ ਮੈਂ ਚਾਹ ਪੀਣਾ, ਠੰਡ ਜਿਹੀ ਪੀ ਹੈ, ਹੁਣ ਤੁਹਾਨੂੰ ਪੁੱਛਣਾ ਜ਼ਰੂਰੀ ਸੀਗਾ। ਓਏ ਅਮਨ, ਲਾਸ ਫਾਈ ਕਰੀ ਜਾਂਦੀ ਹੈ, ਕਿਉਂ ਚੀਕਦੇ ਆਉਣੇ ਹੋ? ਉਹ ਚੀਕਦੇ ਨਹੀਂ, ਚਾਹ ਬਣਾ ਕੇ ਦੇ, ਠੰਡ ਲੱਗੀ ਜਾਂਦੀ ਹੈ। ਚਾਹ ਨਾ ਥਰਮੋਸ 'ਚ ਬਣਾਈ ਪਈ ਹੈਗੀ। ਉਹ ਥਰਮੋਸ 'ਚ ਪਈ? ਹੋਰ, ਉਹ 'ਚ ਬਲ ਟੋਪੇ 'ਚ ਠੰਡੀ ਹੋ ਜਾਂਦੀ ਹੈਗੀ। ਉਹ ਟੋਪੇ ਮੈਂ ਦੇਖ ਕੇ ਖਾਲੀ ਪਈ ਹੈ, ਬਾਪੂ ਨੇ ਚਾਹ ਬਣਾਈ ਜੀ, ਮੈਂ ਚਾਹ ਗਈ ਕਿੱਧਰ? ਬਾਪੂ ਨੂੰ ਪਤਾ, ਬਾਪੂ ਪੀ ਕੇ ਹਟਿਆ ਸੀ ਚਾਹ। ਉਹ ਤੇਰੀ ਗੱਲ ਠੀਕ ਹੈ, ਚਾਹ ਤਾਂ ਪੀ ਲੈਂਦੇ ਹਾਂ, ਗੱਲ ਐਂ ਹੈ, ਬਾਪੂ ਕਹਿੰਦਾ 2 ਕਿੱਲੇ ਆਪਾਂ ਦੇ ਨਾਲ ਵਾਲੇ ਵੇਚੀ ਜਾਂਦਾ, ਸੱਤੀ ਕੀ? ਹਾਂਜੀ। ਤੇ ਉਹ ਆਪਾਂ ਲੈ ਲਈਏ? ਲੈ ਲਓ, ਬਾਪੂ ਨੂੰ ਪੁੱਛ ਲਓ ਪਹਿਲਾਂ ਕੀ ਕਹਿੰਦੇ ਨੇ। ਬਾਪੂ ਤਾਂ ਕਹਿੰਦਾ ਲੈਣੀ ਆਪਾਂ ਜ਼ਮੀਨ, ਤੇ ਕਹਿੰਦਾ 5-7 ਲੱਖ ਤਾਂ ਹੈਗਾ ਆਪਾਂ ਕੋਲੇ, ਕੁਛ ਕਹਿੰਦਾ ਗਹਿਣੇ ਹੋ ਜਾਣਗੇ, ਕੁਛ ਆਪਾਂ ਆੜਤੇ ਫੜ ਲੈ, ਕੁਛ ਆਪਾਂ ਲਾਉਣ ਕਰਾ ਲਾਂਗੇ। ਚੱਲ ਦੇਖ ਲਓ, ਪਰ ਨਾਲ ਲੱਗਦੀ ਜ਼ਮੀਨ ਹੱਥੋਂ ਖੁੰਝਣੀ ਤਾਂ ਨਹੀਂ ਚਾਹੀਦੀ, ਕੋਈ ਹੋਰ ਆ ਵੜਦਾ ਫਿਰ ਤੰਗੇ ਕਰਦਾ। ਹਾਂ ਇਹ ਤਾਂ ਹੈ, ਤੰਗ ਕਰਦਾ। ਚੱਲ ਆਪਾਂ ਨਾਲੇ ਉਹਨਾਂ ਨੇ ਮੋਟਰ ਹੋਈ, 4 ਕਿੱਲਿਆਂ ਦੇ ਮੋਟਰ ਤੇ ਲੱਗ ਜੂ ਆਪਾਂ ਦੇ।
ਇਹ ਵੀ ਗੱਲ ਠੀਕ ਆ ਤੁਹਾਡੀ। ਹਾਂ ਨਹੀਂ ਹੁਣ ਮੋਟਰ ਪਾਣੀ ਮੰਗਦੇ ਰਹਿੰਦੇ ਰੋਜ਼। ਸਹੀ ਗੱਲ ਹੈ ਨਾ, ਕੋਈ ਪਾਣੀ ਵੀ ਨਹੀਂ ਦਿੰਦਾ ਰੋਜ਼ ਰੋਜ਼। ਅਗਲੇ ਇੱਕ ਅੱਧਾ ਦਿਨ ਤਾਂ ਹੋਇਆ, ਚੱਲ ਅਗਲਾ ਕਹਿੰਦੇ ਨੂੰ ਤਾਂ ਸਾਲ ਭਰ ਦਾ ਔਖਾ ਹੀ ਹੈਗਾ। ਹਾਂ ਉਦੋਂ ਐਂ ਚੱਲ ਕਰਨਾ 2 ਸਾਲਾਂ ਨੂੰ ਚੱਲ, ਤੇ ਹੁਣ ਲਾਉਣ ਵੀ ਕਰਾਉਣਾ ਪਊਗਾ। ਹੁਣ ਬਸ ਤੂੰ ਆਪਾਂ ਗਹਿਣੇ ਵੇਚਣੇ ਪੈਣੇ, ਗੱਲ ਆਏ ਆ। ਚੱਲ ਵੇਚ ਦਾਂਗੇ, ਉਹ ਕਿਹੜਾ ਪਏ ਵੱਧਦੇ ਨੇ। ਹਾਂ ਤੇਰੀ ਗੱਲ ਠੀਕ ਆ, ਹੁਣ ਰੇਟ ਵੀ ਬਹੁਤ ਹੋਇਆ ਪਿਆ। ਰੇਟ ਤਾਂ ਬਥੇਰਾ। ਚੱਲ ਠੀਕ ਆ, ਫਿਰ ਮੈਂ ਕਰਦਾ ਬਾਪੂ ਨੂੰ ਕਹਿ ਦੇਣਾ ਵੀ ਇਸ 'ਤੇ ਤਿਆਰ ਆ ਗਹਿਣੇ ਵੇਚਣ ਨੂੰ, ਅਤੇ ਛੋਟੇ ਨੂੰ ਪੁੱਛ ਲਾ। ਛੋਟੇ ਨੂੰ ਪੁੱਛ ਲਓ, ਉਹਨਾਂ ਨੂੰ ਦੋਨਾਂ ਜੀਆਂ ਦੀ ਰਾਏ ਲੈ ਲਓ ਵੀ ਕੀ ਕਹਿੰਦੇ ਨੇ। ਕੱਲ੍ਹ ਨੂੰ ਆਖਣਗੇ ਵੀ ਸਾਡੀ ਕੋਈ ਰਾਏ ਨਹੀਂ ਲੈਤੀ ਤੁਸੀਂ ਨੇ। ਨਾ ਨਾ, ਰਾਏ ਤਾਂ ਉਹਨਾਂ ਨੇ ਪਹਿਲਾਂ ਲੈਤੀ ਬਾਪੂ ਨੂੰ, ਛੋਟੇ ਦੀ ਰਾਏ ਤਾਂ ਪਹਿਲਾਂ ਲੈਤੀ। ਉਹ ਕਹਿੰਦਾ ਲੈ ਲਿਓ ਵੀ, ਲੈ ਲਓ ਆਪਾਂ ਵਧੀਆ ਬਣਦੇ 2 ਕਿੱਲੇ, ਹੋਰ ਕੀ ਪਾਲਦੇ ਆਪਾਂ। ਚੱਲ ਫਿਰ ਤਾਂ ਠੀਕ ਹੈ ਜੇ ਕਹੇ ਤਾਂ। ਤੂੰ ਆਹ ਸਫਾਈ ਬਾਅਦ 'ਚ ਕਰੀ, ਐਂ ਕਰ, ਤੂੰ ਮੈਨੂੰ ਚਾਹ ਬਣਾ ਕੇ ਦੇ ਵਧੀਆ ਜੀ। ਪਹਿਲਾਂ ਤੈਨੂੰ ਚਾਹ ਬਣਾ ਕੇ ਦਵਾਂ? ਹਾਂ ਲੌਂਗ ਇਲਾਇਚੀ ਪਾ ਦੇ, 2 ਚਾਹਰੇ ਪਾ ਦੇ ਵਿੱਚ। ਚੱਲ ਆ ਜੀ। ਹਜੇ ਤੱਕ ਪਈ ਆ ਮਹਾਰਾਣੀ। ਰੀਤਾ ਓਏ, ਹੁਣ ਤੱਕ ਪਈ ਆ? ਬੁਖਾਰ ਚੜਿਆ ਮੈਨੂੰ। ਕਿਉਂ ਕੀ ਹੋਇਆ? ਲੈ ਮੈਂ ਬੁਖਾਰ ਚੜਿਆ, ਕਹਿੰਦਾ ਕੀ ਹੋ ਗਿਆ? ਦਵਾਈ ਵੀ ਲੈ ਲੈਂਦੀ ਫਿਰ 12 ਵੱਜ ਗਏ। 12 ਵੀ ਵੱਜ ਗਏ? ਲੈ ਲਈ ਦਵਾਈ ਤੇ ਮੈਂ, ਆ ਦੇਖ ਲੈ ਕੇ ਸੁੱਤੀ ਸੀ। 12 ਵੱਜ ਕੇ 9 ਮਿੰਟ ਹੋ। ਹੋਰ ਚਾਹ ਪੀ ਲਈ ਤੂੰ? ਮੈਂ ਤਾਂ ਕਦੋਂ ਦੀ ਪੀਲੀ, ਮੈਂ 3-4 ਵਾਰੀ ਪੀਲੀ, ਸਾਰਾ ਕੰਮ ਵੀ ਕਰਿਆ ਮੈਂ ਤਾਂ, ਤੇ ਉੱਠ ਖੜ ਹੁਣ ਤੂੰ। ਮੈਨੂੰ ਤਾਂ ਲਿਆ ਦਿੰਦਾ ਚਾਹ ਫਿਰ। ਤੈਨੂੰ ਪੜਾਈ ਭਾਬੀ ਨੇ? ਚੱਲ ਮੈਂ ਲਿਆ ਦਿੰਦਾ ਗਾ। ਚੱਲ ਕੋਈ, ਤੇ ਮੈਂ ਤੈਨੂੰ ਐਂ ਕਹਿੰਦਾ ਸੀ ਯਾਰ, ਬਾਪੂ ਨਾ ਜ਼ਮੀਨ ਲੈਣ ਬਾਰੇ ਕਹਿੰਦਾ ਸੀ। ਜ਼ਮੀਨ ਲੈਣ ਬਾਰੇ ਲੈ ਲਓ ਫਿਰ ਕਹਿੰਦੇ, ਜੇ ਹੈਗੇ ਪੈਸੇ। ਪੈਸੇ ਤਾਂ ਕਿੱਥੇ ਆ ਗਏ, ਉਹ ਤੇਰੇ ਵਾਲੇ ਗਹਿਣੇ ਹੀ ਕਹਿੰਦਾ ਸੀਗਾ। ਮੈਂ ਵੇਚ ਦਿੰਦੇ ਪਰ ਪਏ ਕੀ ਕਰਦੇ ਆ, ਗਹਿਣੇ ਫਿਰ ਵੀ ਬਣਾ ਲਾਂਗੇ ਨਾਲ ਲੱਗਦੀ ਜ਼ਮੀਨ ਆਪਣੀ। ਯਾਰ ਜਦੋਂ ਆਇਆ ਜਾਇਆ ਕਰੂੰਗੀ ਫਿਰ ਉਦੋਂ ਕੀ ਪਾਇਆ ਕਰੂੰਗੀ? ਕੋਈ ਨਾ, ਉਹ ਤੈਨੂੰ ਨਕਲੀ ਲਿਆ ਦੂੰਗਾ, ਕਿਹੜਾ ਪਤਾ ਲੱਗਦਾ। ਚੱਲ ਕੋਈ ਗੱਲ ਨੀ, ਜਦੋਂ ਜ਼ਮੀਨ ਲੈਣੀ ਹੋਈ ਨਾ ਮੈਂ ਸਾਰੇ ਗਹਿਣੇ ਦੇ ਦੂੰਗੀ, ਨਾਲੇ ਫਿਰ ਇੰਨੇ ਕੁ ਪੈਸੇ ਨਾਲ ਸਰ ਜੂਗਾ, ਉਹ ਤਾਂ 4 ਲੱਖ ਦੇ ਹੀ ਨੇ। ਉਹ ਭਾਬੀ ਕਹਿੰਦੀ ਕਹਿੰਦੀ ਮੈਂ ਵੀ ਆਪਦੇ ਗਹਿਣੇ ਵੇਚ ਦੂੰਗੀ, ਤੇ ਬਾਪੂ ਕੋਲ ਹੈਗਾ 4-5 ਲੱਖ ਰੁਪਇਆ, ਤੇ ਨਾਲੇ ਲੋਨ ਕਰਾਉਣ ਨੂੰ ਕਹਿੰਦੇ ਜਾਂ ਮੇਰੇ ਨਾਂ ਤੇ ਕਰਾ ਲੈਣਗੇ। 5-13 ਫਿਰ ਵੀ 13 ਲੱਖ ਹੀ ਹੋਇਆ, 13 ਲੱਖ ਦੇ ਤਾਂ ਜ਼ਮੀਨ ਆਉਂਦੀ ਨਹੀਂ। ਉਹ ਲੋਨ ਵੀ ਕਰਾਉਣਾਗਾ ਜਾਂ ਮੇਰੇ ਨਾਂ ਤੇ ਦੂਜਾ ਜ਼ਮੀਨ ਦੇ, ਜਿਹਦੇ ਹੋਇਆ ਬਸ ਉਹਦੀ ਕਰਾ ਲਾਂਗੇ। ਚੱਲ ਚੰਗਾ, ਐਂ ਕਰੀ ਬਾਹਲਾ ਪੰਗਾ ਲੈਣ ਦੀ ਲੋੜ ਨਹੀਂ, ਆਪਾਂ ਗਹਿਣੇ ਦੇ ਰਹੇ ਹਾਂ ਨਾ, 4 ਲੱਖ ਥੋੜਾ ਨਹੀਂ ਹੁੰਦਾ ਹੈਗਾ, ਤੂੰ ਨਾ ਲੋਨ ਜਾਂ ਬਾਈ ਦੇ ਨਾਂ ਤੇ ਕਰਾ ਦੀ, ਆਪਣੇ ਨਾਮ ਤੇ ਨਾ ਕਰਵਾਈ। ਚੰਗਾ ਕੋਈ ਨਾ, ਉਦੋਂ ਦੇਖਾਂਗੇ, ਹੁਣ ਜ਼ਮੀਨ ਵੀ ਤਾਂ ਸਾਂਝ ਹੋਈ ਆ। ਮੈਨੂੰ ਮਾੜਾ ਮੋਟਾ ਨਾ ਅਕਲ ਤੋਂ ਕੰਮ ਲੈ ਲਿਆ ਕਰ, ਪਹਿਲੇ ਹੀ ਬੁਖਾਰ ਇੱਥੇ ਹੋਰ, ਮੈਨੂੰ ਤਈਆ ਕਰਾ ਕੇ ਰੱਖ ਦੇਗਾ। ਚੱਲ ਗੋਲੀ ਗੋਲੀ ਲੈ ਲਾ ਕੋਈ, ਲਿਆ ਕੇ ਦੇਵਾਂਗੇ, ਡਾਕਟਰ ਨੂੰ ਬੁਲਾਵਾਂ। ਕੋਈ ਨਾ ਦੇਖਦੇ ਆ ਜੀ, ਮੈਨੂੰ ਬੋਬੀ ਜੋਰ ਵਾਲਾ ਟੀਕਾ ਲਵਾ ਦੇਣਾ। ਬਸ ਰਹਿਣ ਦੇ, ਮੈਨੂੰ ਧਰਮਿੰਦਰ ਵਾਲੇ ਦੀ ਵੀ ਲੋੜ ਨਹੀਂ, ਜਦੋਂ ਹੋਰ ਦਿਮਾਗ ਲਾ ਕੇ ਰੱਖਤਾ। ਲੋਨ ਉਹਦੇ ਨਾਂ ਤੇ ਹੋਣਾ ਚਾਹੀਦਾ, ਆਪਦੇ ਨਾਂ ਤੇ ਨਾ ਕਰਾਈ, ਮੁੜ ਕੇ ਬਹੁਤ ਪੰਗੇ ਪੈਂਦੇ ਨੇ, ਸਾਰੀ ਉਮਰ ਨਾ ਬੱਚੇ ਲੋਨ ਹੀ ਤਾਰਦੇ ਮਰ ਜਾਂਦੇ ਆ। ਬੱਚਾ ਜੇ ਹੋਊਗਾ ਹਜੇ ਫੇਰ ਹੀ ਲੋਨ ਤਾਰੇਂਗੀ। ਵੀ ਕਦੇ ਤਾਂ ਬੱਚਾ ਹੋਊਗਾ ਹੀ, ਤੈਨੂੰ ਤਾਂ ਨਹੀਂ ਉਹਦੇ ਫਿਊਚਰ ਦਾ ਹੈਗਾ, ਮੈਨੂੰ ਤਾਂ ਹੈਗਾ ਏ। ਉਹ ਬੱਚੇ ਦੇ ਫਿਊਚਰ ਮਾਰੇ ਸੋਚ ਕੇ ਤਾਂ ਜ਼ਮੀਨ ਲਈ ਜਾਂਦੇ ਯਾਰ, ਨਾਲੇ ਬਾਈ ਨੂੰ ਨਹੀਂ ਫਿਕਰ ਹੈਗਾ ਉਹਦੇ ਜਵਾਕ ਦਾ, ਉਹ ਵੀ ਤਾਂ ਪੈਸੇ ਲਾ ਹੀ ਰਿਹਾ। ਬਿਆ ਸਿਆਣਾ ਤੂੰ, ਹਜੇ ਨਿਆਣ ਮੱਤ ਦਾ ਠੀਕ ਆ। ਉਹ ਨਿਆਣ ਮੱਤ ਦਾ ਕਿੱਥੇ ਆ ਯਾਰ, ਆਪਾਂ ਨੂੰ ਹਜੇ ਕਬੀਲਦਾਰੀ ਦਾ ਪਤਾ ਨਹੀਂ ਹੈਗਾ, ਜੇ ਉਹਨਾਂ ਦੇ 2 ਰੁਪਏ ਚੜ ਵੀ ਗਏ ਉਤਾਰ ਦੇਣਗੇ, ਤੂੰ ਬੜਾ ਕਰਜ਼ੇ ਹੇਠ ਨਾ ਸੁਣ ਗਿਆ। ਚੱਲ ਕੋਈ ਨਾ, ਤੈਨੂੰ ਚਾਹ ਲਿਆ ਕੇ ਦਿੰਦਾ ਗਾ। ਬਸ ਚਾਹ ਰਹਿਣ ਦੇ, ਮੈਂ ਤਾਂ ਸੌਂ ਹੀ ਜਾਂਦੇ ਘੰਟਾ। ਯਾਰ ਲੈ 1 ਵਜੇ ਉੱਠੇਗੀ ਫਿਰ, ਹੁਣ ਠੰਡ ਦੇਖੀ ਕਿੰਨੀ ਹੈ, ਧੁੰਦ ਠੰਡ ਦਾ ਤਾਂ ਕੋਈ ਨਾ, ਮੈਂ ਵੀ ਹੁਣ ਕੰਮ ਕਰਕੇ ਆਏਗਾ। ਚੱਲ ਚੰਗਾ, ਆਪੀ ਲੱਗਣ ਨੂੰ ਹਟ ਜਾਏ ਜਦੋਂ ਬੰਦਾ ਕੰਮ ਕਰਨ ਲੱਗ ਜਾਏ, ਮੈਂ ਦਵਾਈ ਲਿਆ ਕੇ ਦਿੰਦਾ, ਨਾਲੇ ਉੱਠ ਖੜੀ ਫਿਰ। ਚੰਗਾ, ਬਸ ਮੈਂ ਤਾਂ ਸੌਂਦੀ ਵੀ ਨਹੀਂ ਫਿਰ। ਬਾਪੂ ਚਾਹ ਲਿਆ ਬਣਾ ਕੇ? ਚਾਹ ਤਾਂ ਬਸ ਭਾਈ ਹੁਣੇ ਪੀ ਕੇ ਹਟੇ ਬਸ। ਅੱਛਾ, ਜਿਵੇਂ ਗੱਲ ਸੀ ਕੋਈ? ਨਾ ਨਾ ਗੱਲ ਤਾਂ ਕੋਈ ਨਹੀਂ, ਮੈਂ ਐਂ ਕਹਿੰਦੀ ਸੀ, ਮੈਂ ਨਾ ਮੈਂ ਪਿੰਡ ਜਾ ਕੇ ਆਉਂਗੀ 1-2 ਦਿਨ 'ਚ ਨਾ, ਗਰਮ ਹੋ ਲਿਆ ਕਦੋਂ ਕੁੜਤਾ ਪਜਾਮਾ, ਸਿਆਲ ਆ ਗਿਆ ਹੁਣ, ਇਹਨਾਂ 'ਚ ਇੰਨੀ ਠੰਡ ਜੀ ਉੱਠਦੇ ਨਹੀਂ ਹੈਗੇ ਇਹ।
ਚਲ ਕੋਈ ਗੱਲ ਨੀ ਭਾਈ, ਕੱਪੜੇ ਤਾਂ ਇੱਥੋਂ ਲਿਆਵਾਂਗੇ, ਪਿੰਡ ਥੋੜੇ ਲਿਆਉਣੇ ਆਪਾਂ ਕੱਪੜੇ। ਨਾ ਮੇਰੀ ਮਾਂ ਕਹਿੰਦੀ ਸੀ ਮੇਰੇ ਪਾਪੇ ਵਾਸਤੇ ਵੀ ਲਈ ਉਹ 17-18 ਸੌ ਦਾ। ਭਾਈ ਗਾਹਾਂ ਦੀ ਗਾਹਾਂ ਤੁਸੀਂ ਕਿਹਾ ਕਰੋ, ਆਪਣੇ ਕੋਲ ਤੁਸੀਂ ਬਾਜ਼ਾਰ ਤੋਂ ਲਿਆਓ ਜਾਂ ਤੁਸੀਂ ਲਿਆਉਣੇ ਆ ਤੁਸੀਂ ਲਿਆਓ ਇੱਕ ਦੋ। ਨਾ ਨਾ ਮੈਂ ਤੁਹਾਨੂੰ ਹੀ ਲਿਆ ਕੇ ਦਊਂਗੀ, ਸੋਹਣਾ ਲੱਗਦਾ ਸਿਆਣੇ ਬੰਦੇ ਦੇ ਪਾਇਆ ਹੋਇਆ। ਕੋਈ ਨੀ ਭਾਈ ਫਿਰ ਇੱਥੋਂ ਲਿਆਉਣਾ, ਮਾਂ ਉੱਥੋਂ ਆਪਾਂ ਚੰਗੇ ਨਹੀਂ ਲੱਗਦੇ, ਅਗਲਾ ਕੱਲ ਨੂੰ ਕਹੂਗਾ ਅਸੀਂ ਕੁੜਤੇ ਦਿੂੰਦੇ ਰਹੇ, ਗੱਲਾਂ ਦੂਰ ਪੱਕ ਜਾਂਦੀਆਂ ਹੁੰਦੀਆਂ। ਇਕੱਲਾ ਕੁੜਤਾ ਕਿ ਪਜਾਮਾ ਵੀ ਲਿਆਉਂਗੀ ਨਾਲ? ਭਾਈ ਲੈ ਕੇ ਪਜਾਮਾ ਵੀ ਲਿਓ, ਮੈਂ ਤੈਨੂੰ ਅੱਜ ਤੱਕ ਇਕੱਲਾ ਕੁੜਤਾ ਲਿਆਂਗੀ ਭਾਵੇਂ ਪਜਾਮਾ ਲਿਆਂਗੀ ਭਾਵੇਂ ਚਾਦਰਾ ਲਿਆਂਗੀ, ਭੈੜਾ ਲੱਗਦਾਗਾ। ਨਾ ਕੋਈ ਨਾ ਬਾਪੂ, ਕੁਛ ਨੀ ਹੁੰਦਾ, ਸਾਡਾ ਤਾਂ ਹੱਕ ਬਣਿਆ ਹੋਇਆ। ਤੇ ਮੈਂ ਕਹਿੰਦੀ ਸੀ ਵੀ ਜਿਹੜੀ ਆਹ ਜ਼ਮੀਨ ਜੀ ਲੈਣੀ ਆਪਾਂ, ਬਾਰੀ ਬਾਰੀ ਪੰਗੇ ਕਰਨੇ ਵਾਲੇ ਔਖੇ ਨੇ। ਪਹਿਲਾਂ ਤਾਂ ਤੁਸੀਂ ਅਗਲਿਆਂ ਤੋਂ ਤੁਹਾਡੇ ਨਾਂ ਕਰਾਉਂਗੇ, ਫਿਰ ਇਹਦੇ ਨਾਂ ਕਰਾਉਂਗੇ ਰਵੀ ਦੇ, ਹੁਣ ਜਿਹੜੀ ਜ਼ਮੀਨ ਲਾਉਂਗੇ ਨਾ ਉਹ ਲੋਨ ਤੇ, ਜਿੱਥੇ ਕਰਾਉਂਗੇ ਆਪਣੇ ਦੇ ਖੂਨ ਵਾਲੇ ਬਾਂਡ ਤੇ ਹੋ ਗਿਆ ਲੋਨ, ਜਿਹੜੀ ਹੁਣ ਨਵੀਂ ਜ਼ਮੀਨ ਲੈਣੀ ਰਵੀ ਨੂੰ ਇਹ ਚੜਾ ਦਿਓ। ਨਿੱਤ ਨਿੱਤ ਪੰਗੇ ਕਰਨੇ ਬਹੁਤ ਔਖੇ ਨੇ। ਕੋਈ ਨੀ, ਆ ਵੀ ਛੋਟੀ ਗੱਲ ਠੀਕ ਹੈ, ਨਾਲੇ ਦੂਰੀ ਦੂਰੀ ਵਾਰ ਪੈਸੇ ਖਰਚਣੇ ਪੈਂਦੇ ਨੇ। ਨਾ ਕੋਈ ਗੱਲ ਨੀ ਭਾਈ, ਐਂ ਕਰ ਲਾਂਗੇ, ਸਿਆਣੀ ਗੱਲ ਤੇਰੀ, ਹਾਂ ਐਂ ਕਰ ਦਿਆਂਗੇ, ਕੋਈ ਗੱਲ ਨੀ। ਹਾਂ ਐਂ ਕਹਿੰਦੀ ਸੀ ਬਾਪੂ ਜੀ ਮੈਂ ਤਾਂ। ਕੋਈ ਨੀ ਭਾਈ, ਐਂ ਕਰ ਦਿਆਂਗੇ, ਕੋਈ ਗੱਲ ਨੀ, ਠੀਕ ਹੈ। ਹਾਂ ਉਹ ਤਾਂ ਆਪਾਂ ਫੇਰ ਵੀ ਕਰਾਉਣੀ ਹੈ। ਹਾਂ ਤੇ ਟੁੰਮਾਂ ਮੇਰੀਆਂ ਪਈਆਂ ਨੇ, ਜਦ ਮਰਜ਼ੀ ਫੜ ਲਿਓ, ਨਾਲੇ ਵੱਡੀ ਵਾਲੀਆਂ ਫੜ ਲਿਓ। ਕੋਈ ਨੀ ਕੋਈ ਗੱਲ ਨੀ। ਹਾਂ ਐਂ ਜ਼ਮੀਨ ਤਾਂ ਇੱਕ ਵਾਰੀ ਬਣ ਜੂਗੀ, ਟੁੰਮਾਂ ਦਾ ਕੀ ਆ, ਉਹ ਕਿਹੜਾ ਪਾ ਕੇ ਨੱਚਣਾ ਹੁੰਦਾ ਹੈ। ਨਾ ਸਹੀ ਗੱਲ ਹੈ, ਸਹੀ ਗੱਲ ਹੈ ਭਾਈ, ਕੋਈ 5-4 ਸਾਲਾਂ ਬਾਅਦ ਵਿਆਹ ਹੁੰਦਾ ਨਕਲੀ ਪਾ ਲਾਂਗੇ, ਕਿੱਡੀ ਕੁ ਗੱਲ ਆ। ਉਹ ਨਕਲੀ ਗੱਲ ਨੀ ਭਾਈ, ਉਹ ਤਾਂ ਨਾਲ ਵਾਹਣ ਲੱਗਦਾ ਸੀ ਤਾਂ ਪੰਗਾ ਲੈਣੀ, ਆਪਾਂ ਕਾਹਨੂੰ ਲੈਂਦੇ ਸੀ। ਨਾ ਨਾ ਵਧੀਆ ਗੱਲ ਆ, ਜ਼ਮੀਨ ਤਾਂ ਸਮਾਂ ਜਿੰਨੀ ਬਣਾਵੇ ਬੰਦਾ, ਹੈ ਉਹਦਾ ਕੀ ਅੰਤ ਹੈ, ਤੇ ਸਮਾਂ ਕਨਾਲ ਦੋ ਕਨਾਲ ਤਾਂ ਇਸ ਸਾਲ ਜ਼ਰੂਰ ਲੈਵੇ ਜੇ ਕਿੱਲਾ ਨਹੀਂ ਲੈ ਸਕਦਾ ਬੰਦਾ। ਠੀਕ ਹੈ ਠੀਕ ਹੈ, ਤੁਹਾਡੀ ਸਾਰੀ ਗੱਲ ਆ ਭਾਈ। ਹੋਰ ਬਾਪੂ? ਕੋਈ ਗੱਲ ਨਹੀਂ, ਐਂ ਕਰ ਲਾਂਗੇ ਜਿਵੇਂ ਤੁਸੀਂ ਕਹਿੰਦੇ ਆ ਨਾ, ਜਿਵੇਂ ਤੁਹਾਨੂੰ ਰੋਟ ਲਾਦਾ ਪਾਉਂ ਵੀ ਕਰ ਦਿਆਂਗੇ। ਬਸ ਠੀਕ ਆ, ਤੇ ਜਿਹੜੀ ਲਾਉਂਗੇ ਰਵੀ ਨੂੰ ਚੜਾ ਦਿਓ, ਨਾਲ ਹੀ ਲੈ ਜਿਓ ਬਸ ਇਹਨੂੰ। ਕੋਈ ਨਹੀਂ ਭਾਈ, ਨਾਲ ਲੈ ਜਾਵਾਂਗੇ। ਹਾਂ ਫਿਰ ਕੁਛ ਇਹਨੂੰ ਫਿਰ ਕੰਮ ਹੁੰਦਾ ਰੋਜ਼, ਘਰੇ ਹੁੰਦਾ ਨਹੀਂ ਨਾ। ਕੋਈ ਨਹੀਂ ਕੋਈ ਨਹੀਂ, ਉਹ ਆਪਾਂ ਦੱਸ ਦਿਆਂਗੇ ਭਾਈ, ਕੋਈ ਗੱਲ ਨਹੀਂ। ਹਾਂ ਠੀਕ ਹੈ ਬਾਪੂ, ਫਿਰ ਰੋਟੀ ਲਿਆ ਦਿੰਦੀ ਆ। ਨਾ ਨਾ ਕਾਹੀ ਲੋਣ ਭਾਈ, ਜੇ ਲੋੜ ਹੋਈ ਮੈਂ ਲੈ ਲੂੰ, ਕੋਈ ਗੱਲ ਨਹੀਂ। ਚੱਲ ਚੰਗਾ ਬਾਪੂ। ਠੀਕ ਹੈ, ਸਮਝ ਨਹੀਂ ਆਉਂਦੀ ਕੀ ਜਵਾਕ ਕੀ ਕਰਦੇ ਫਿਰਦੇ ਜਵਾਕ ਜੇ, ਬਾਪੂ ਇਹਦੇ ਨੌ ਕਰਾ ਦੀ, ਉਹਦੇ ਨੌ ਕਰਾ ਦੀ, ਦੱਸ ਜ਼ਮੀਨ ਆ ਇੱਕ ਨੌ ਘਰੇ ਹੋਈ, ਅੱਜ ਕੱਲ੍ਹ ਕੋਈ ਕਿਸ਼ਤੇ ਤਵਾਰੀ ਨਹੀਂ ਕਰਦਾ। ਸਹੀ ਗੱਲ, ਚੱਲ ਕੋਈ ਗੱਲ ਨਹੀਂ, ਚੱਲ ਆਪਾਂ ਅੱਜ ਵੀ ਕਰਾਉਣੀ ਕੱਲ੍ਹ ਵੀ ਕਰਾਉਣੀ, ਚੱਲ ਇਹਦੇ ਨੌ ਕਰਾ ਦੇਣ ਤਾਂ ਕੀ ਹੈ, ਇਹਨਾਂ ਦੇ ਮਨਾਂ 'ਚ ਨਾ ਫਰਕ ਜਾਵੇ ਵੀ ਇੱਕ ਦੇ ਨੌ ਹੀ ਕਰਾਈ ਜਾਂਦਾ। ਕਈ ਮਹੀਨਿਆਂ ਬਾਅਦ ਦੇਖੇ ਕਿਵੇਂ ਲੰਮੀ ਤਾਣੀ ਪਿਆ, ਪਰਾਂ ਕਰ ਸੜੇ ਜੇ ਬੂਟ, ਤੈਨੂੰ ਐ ਨੀ ਪਤਾ ਹਜੇ ਕੱਲ ਕਵਰ ਧੋ ਕੇ ਉੱਠੇ ਆ, ਸਾਰੇ ਲਵੇੜ ਕੇ ਧਰ ਦੇਗਾ। ਨਵੇਂ ਫੋਨ ਪਿਆ ਸੀ ਮੇਰਾ ਭਾਈ, ਫੋਨ ਤੇ ਤਾਂ ਨਹੀਂ ਬੈਠਾ ਪਿਆਗਾ, ਚੱਕਲਾ ਸੜਾਇਆ ਫੋਨ ਆ ਤੇਰਾ, ਹੈਗਾ ਆਈਫੋਨ, ਤੈਨੂੰ ਲੱਗਦਾ ਸੜਿਆ ਜਾ, ਮੇਰੀ ਮਾਂ ਨੇ 30,000 ਦਾ ਲੈ ਕੇ ਦਿੱਤਾ, 40 ਦਾ ਲੈ ਕੇ ਦਿੱਤਾ। ਹਾਂ ਤੈਨੂੰ ਕੀ ਪਤਾ ਕਿੰਨੀ ਬੈਟਰੀ ਬੈਕਅਪ ਹੈ, ਪਤਾ ਸਾਰਾ ਦਿਨ ਚਰਨਾ ਵਾਲੇ ਵਾਲੀ ਦੀਆਂ ਫਿਲਮਾਂ ਚੱਲਦੀਆਂ ਨੇ ਤੇ ਇੱਕ ਮਿੰਟ ਨਹੀਂ ਸਾਹ ਲੈਂਦਾ, ਦੇਖ ਲੈ ਉਹਨਾਂ ਨੂੰ ਦੇਖੀ ਜਾਇਆ ਕਰ ਬਸ ਸਾਰਾ ਦਿਨ, ਤੇ ਤੂੰ ਕਿਉਂ ਮੱਚਦਾ, ਤੂੰ ਕਰ ਲੈ ਉਹਨਾਂ ਦੀ ਰੀਸ। ਚੰਗਾ ਮੇਰੀ ਗੱਲ ਸੁਣ ਬੇ, ਐ ਕਰ ਚਾਹ ਲੈ ਕੇ ਪਹਿਲਾਂ ਘੁੱਟ, ਕਾਫੀ ਨਾ ਲਿਆਣਾ ਸਾਰਾ ਦਿਨ ਚਾਹ, ਤੇ ਫਿਰ ਚਾਹ ਨਾਲ ਕਿਉਂ ਠੰਡ ਆ ਗਈ, ਹੁਣ ਚਾਹ ਨਹੀਂ ਪੀਹਦਾ ਬੰਦਾ, ਤੇ ਜੇ ਠੰਡ ਆ ਫਿਰ ਚਾਹ ਪੀ ਜਾਣੀ, ਫਿਰ ਰਾਤ ਨੂੰ ਕਹੇਗਾ ਕੈਪਸੂਲ ਦੇ ਤੇਜ਼ਾਬ ਬਣ ਗਿਆ। ਸੁਣ ਲੈ ਇੱਧਰ ਕੋਈ ਸਿਆਣੀ ਗੱਲ, ਹਾਂ ਇਹਨੂੰ ਧਰ ਦੇ ਅੱਗ ਲਾ ਦੇ ਇੱਥੇ, ਅੱਡ ਹੋ ਜਾ ਬੰਦਿਆਂ ਵਾਂਗੂ। ਕੀ? ਆਹੋ ਕਿਉਂ, ਤੈਨੂੰ ਨੀ ਪਤਾ ਹੁਣ ਹੁਣ ਸਾਰੀ ਉਮਰ ਇਹਨਾਂ ਦੇ ਗੋਲੇ ਧੰਦੇ ਕਰੀ ਜਾਏਗਾ, ਚੁੱਪ ਕਰ ਮੈਂ ਕਹਿਣਗੇ ਆਪਦੇ ਨਾਲ ਜ਼ਮੀਨ ਜੱਲਾ ਸਾਰਾ ਕੁਛ ਲਵਾ ਕੇ ਹੁਣ ਅੱਡ ਹੁੰਦਾ ਗਾ, ਇਹ ਸਾਰੇ ਐਂ ਕਰਦੇ ਹੁੰਦੇ ਨੇ, ਸਾਰੇ ਐ ਫਿਰ ਸਾਰੇ ਅਰਗੇ ਹੋਣਾ ਗਾ, ਹੁਣ ਉਹਦੇ ਕੱਲੇ ਸਿਰ ਕਰਦੇ ਚੜਾ ਕੇ ਅੱਛਾ ਮੈਂ ਆਪਦੀ ਬਾਹੋਂ ਕਢਾਇਆ। ਕਿੰਨੀਆਂ ਕਿਸਤਾਂ ਦਾ ਭਰਤੇ ਹੁਣ ਭਰ ਦੂਗਾ ਉਹ ਜਿਹੜੀਆਂ ਰਹਿ ਗਈਆਂ? ਨਹੀਂ ਨਹੀਂ ਮੈਂ ਨਹੀਂ ਆ, ਮੈਂ ਲੋਕਾਂ ਤੋਂ ਗੱਲਾਂ, ਕੋਈ ਨਾ ਭਰਦੀਆਂ ਭਰਦਿਆ ਕਰਾਂਗੇ, ਤੂੰ ਅੱਡ ਹੋਣ ਵਾਲਾ ਬਣ। ਨਹੀਂ ਨਹੀਂ
ਲੈ ਨਹੀਂ ਨਹੀਂ ਖਰਚ ਪਤਾ ਕਿੰਨਾ ਤੂੰ ਟਿਕ ਜਾ ਥੌਲਾ ਨਾ ਪਵਾਲੀ ਮੈਂ ਨੀ ਅੱਡ ਉੱਡ ਹੁੰਦਾ ਤੈਨੂੰ ਬੰਦਿਆਂ ਨੂੰ ਕਹਿਤਾ ਨਾ ਬੇ ਭਾਈ ਖਰਚ ਬਹੁਤ ਆ ਉਹਨਾਂ ਦਾ 2000 ਦੇ ਫੇਸ਼ੀਅਲ ਕਰਾ ਕੇ ਆਉਂਦੀ ਹੈ ਅਗਲੀ ਮੂੰਹ ਤੇ ਦੀਂਦਾ ਤਾਂ ਹੈ ਨਹੀਂ ਮੈਨੂੰ ਉਹਦੇ ਫੇਸ਼ੀਅਲ ਕਰਾਇਆ ਵਾ ਕਿਤੇ ਤੈਨੂੰ ਨਹੀਂ ਦਿੰਦਾ ਮੈਨੂੰ ਪਤਾ ਨਾ ਜਿਹੜੀ ਪਾਰਲਰ ਵਾਲੀ ਕੋਲ ਜਾਂਦੀ ਹੈ ਅਗਲੀ ਮੈਨੂੰ ਫੋਨ ਕਰਕੇ ਕਹਿੰਦੀ ਵੀ ਮਹੀਨਾ ਹੋ ਗਿਆ ਬਈ ਭੇਜ ਦੇ ਇਹਨੂੰ ਤੂੰ ਕਰਾਇਆ ਕਰ ਫਿਰ ਤੈਨੂੰ ਕਿਹੜਾ ਜਵਾਬ ਦਿੰਦੀ ਆ ਮੈਂ ਕਾਹਤੋਂ ਕਰਾਵਾਂ ਕਰਜ਼ਾ ਚੜਦਾ ਮੈਤੋਂ ਨਹੀਂ ਪੰਜੀ ਵੀ ਵੱਧ ਲਈ ਜਾਂਦੀ ਹਾਂ ਹੁੰਦਾ ਨਹੀਂ ਫਿਰ ਅੱਡ ਮੈਂ ਨਹੀਂ ਹੁੰਦਾ ਹੁੰਦਾ ਫਿਰ ਮੈਂ ਆਪਦੀ ਸਕੀਮ ਨਾਲ ਹੋਊਂਗੀ ਫਿਰ ਚੀਕਾਂ ਜੀਆਂ ਨਾ ਮਾਰੀ ਚੀਕਾਂ ਚੁੱਕਾਂ ਕੀ ਥੌਲਾ ਪਊ ਜੇ ਲੜਾਈ ਲੜੂਈ ਪਾਈ ਆ ਘਰੇ ਤੂੰ ਆ ਲੈ ਜਾ ਮੇਰੇ ਹੱਥੇ ਲਾ ਦੀ ਸਾਡਾ ਮੈਂ ਮੰਨ ਦੂੰਗੀ ਤੇਰੇ ਵਾਲਾ ਮਿੰਟ ਕ ਬਾਅਦ ਨੂੰ ਸੜਿਆ ਆ ਕਹਿ ਦਿੰਨੇ ਨਾ ਮੈਂ ਚਾਹ ਲਿਆ ਕਿ ਦਮਾ ਜਦੋਂ ਅੱਡ ਹੋ ਗਈ ਉਹਦੇ ਚ ਦੁੱਧ ਚ ਪੱਤੀ ਪਵਾਲਿਆ ਕਰੀ ਨਾ ਤੈਨੂੰ ਰੋਟੀ ਫੜਾਵਾਂ ਨਾ ਚਾਹ ਬਸ ਮੇਰਾ ਤੇਰਾ ਕੋਈ ਨਹੀਂ ਲੈ ਲੈ ਮੈਂ ਕਹੂੰਗਾ ਤੂੰ ਜਾ ਜਾ ਬਾਹਰ ਤੂੰ ਤਾਂ ਐਂ ਕਹੇਂਗੀ ਮੈਂ ਕਹੂੰਗਾ ਮੈਂ ਪੀਣੀ ਨਹੀਂ ਤੇ ਤੂੰ ਕਹੇਂਗੀ ਮੈਂ ਦੁੱਧ ਚ ਪੱਤੀ ਪਾ ਕੇ ਲੈ ਕੇ ਆਉਂ ਦੇਖ ਲੈ ਫਿਰ ਕਿਤੇ ਮੈਂ ਕੇਸਰ ਨਾ ਪਾ ਲਿਆ ਮੈਂ ਦੁੱਧ ਚ ਆ ਦੀਂਦਾ ਆਹ ਦੀਂਦਾ ਮੈਨੂੰ ਹਾਂ ਤੇ ਫਿਰ ਲੈ ਆ ਬੰਦੇ ਕੁਛ ਨਹੀਂ ਲਿਆਉਂਦੀ ਮੈਂ ਚੱਲ ਕੋਈ ਨਾ ਵੱਡਾ ਸਰਦਾਰ ਇਹ ਸਾਲਿਆਂ ਦੀ ਬੌਲੀ ਜੇ ਕਿ ਅੱਡ ਹੋ ਜਾ ਤੇਰੇ ਪਿੱਛੇ ਲੱਗ ਕੇ ਅੱਡ ਹੋ ਗਿਆ ਤਾਂ ਬਸ ਫਿਰ ਆ ਪਈਆ ਪੈ ਪੈ ਇਕੱਠੀ ਵੀ ਨਹੀਂ ਕਿਸ ਮਾਰ ਕੇ ਦੇਖੀ ਕਿਵੇਂ ਬਲ ਪਾਈ ਪਏ ਫਿਰ ਆਕੜ ਕੇ ਟੁੱਟ ਜਾਂਦੇ ਸਿਆਲ ਆ ਵੀ ਮੈਂ ਉਧਰ ਬੋਲ ਮਾਰੀ ਜਾਂਦੀ ਆ ਤੁਹਾਨੂੰ ਹਾਂ ਦੱਸ ਉਹ ਮੈਂ ਤਾਂ ਕਹਿੰਦੀ ਸੀ ਮੈਂ ਨਾ ਬਾਜ਼ਾਰ ਵਾਗ ਚੱਲਣਾ ਮੈਂ ਪਾਰਲਰ ਦੇ ਜਾਣਾ ਸੀ ਤੇ ਨਾਲੇ ਉਹ ਦਰਜੀ ਦੇ ਸੂਟ ਫੜ ਕੇ ਲਿਆਉਣਾ ਸੀਗਾ ਤੂੰ ਉਹਨੂੰ ਲੈ ਛੋਟੀ ਨੂੰ ਲੈ ਜਾ ਲੈ ਕੋ ਛੋਟੀ ਨੂੰ ਲੈ ਜਾ ਉਹ ਨਹੀਂ ਆਖੇ ਲੱਗਦੀ ਆਖੇ ਨਹੀਂ ਲੱਗਦੀ ਫੇ ਚੱਲਦੇ ਆਪਾਂ ਪਸ਼ੂਆਂ ਨੂੰ ਮਾਲਾ ਮੈਂ ਤੇ ਨਾਲੇ ਸੱਚ ਉਹ ਟੂਮਾ ਬਾਰੇ ਦੱਸੋ ਮੈਂ ਭੂਆ ਦੇ ਮੁੰਡੇ ਦੇ ਵਿਆਹ ਤੇ ਜਾਣਾ ਖਾਲੀ ਕੰਨ ਥੋੜੀ ਜਾਊਂਗੀ ਮੈਨੂੰ ਟੂਮਾ ਲਿਆ ਦਿਓ ਜਿਹੜੇ ਤੁਸੀਂ ਰੱਖ ਕੇ ਆਏ ਸੀਗੇ ਤੇ ਇਹਦਾ ਵੇਚਤੀਆਂ ਸੀ ਯਾਰ ਉਹਦਾ ਜ਼ਮੀਨ ਵੇਲੇ ਤੇ ਫਿਰ ਮੈਂ ਹੁਣ ਕੀ ਪਾ ਕੇ ਜਾਊਂਗੀ ਪਾ ਕੇ ਹੁਣ ਤੂੰ ਐਂ ਕਰ ਛੋਟੀ ਉਹਨੂੰ ਆਖਿਆ ਤਾਂ ਹੈਗਾ ਛੋਟੀ ਨੇ ਵੀ ਮੇਰੇ ਗਹਿਣੇ ਰੱਖ ਲਓ ਵੀ ਜਦੋਂ ਵਿਆਹ ਸ਼ਾਦੀ ਹੋਇਆ ਕਰੂ ਉਦੋਂ ਲੈ ਜਾ ਕਰੂ ਹੁਣ ਫੜ ਲੈ ਛੋਟੀ ਤੋਂ ਚੱਲ ਫਿਰ ਠੀਕ ਆ ਤਾਂ ਮੈਂ ਉਹਨੂੰ ਪੁੱਛ ਲੂੰਗੀ ਛੋਟੀ ਨੂੰ ਪੁੱਛਣਾ ਕੀ ਹੈ ਲੈ ਲਾ ਤੂੰ ਕਹ ਫੜਾ ਟੂ ਮੈਂ ਹੈ ਕਹ ਮੈਂ ਲੈ ਜਾਣਾ ਵਿਆਹ ਤੇ ਇਹਦੇ ਚ ਕੀ ਆਪਾਂ ਐ ਕਰ ਨਾਲੇ ਫੜ ਲਾ ਗਹਿਣੇ ਫੜ ਲਾ ਆਪਾਂ ਧਵਾ ਲਿਆ ਮੈਂ ਪਾਰਸ ਮਰਵਾ ਲਿਆ ਵਾਂਗੋ ਤੇ ਚੱਲ ਫਿਰ ਮੈਂ ਤਾਂ ਹੁਣੀ ਫੜ ਲਾਂ ਹਾਂ ਫੜ ਲਾ ਚੱਲ ਮੈਂ ਨਿੰਮਾ ਦਾ ਚੱਕ ਲਿਓ ਪੈਪ ਫਿਰ ਹਾਂ ਲਿਓਣਾ ਮੈਂ ਚੱਲ ਰੀਤ ਮਾਂਜ ਲੈ ਭਾਂਡੇ ਮਾਂਜੀ ਜਾਂਦੀ ਆ ਭੈਣੇ ਹੁਣ ਡੂੰਘੇ ਤੂੰ ਦੱਸ ਕੀ ਕਰਨਾ ਤੂੰ ਆਈ ਨਕਲੀ ਨੁਕਲੀ ਪਾ ਕੇ ਦੇਖ ਦੱਸ ਕੌਣ ਦੇਖੋ ਤੈਨੂੰ ਗਹਿਣੇ ਨੂੰ ਉੱਥੇ ਲੈ ਫਿਰ ਹੁਣ ਤਾਂ ਫਿਰ ਵੀ ਮੇਰੇ ਭੂਆ ਦੇ ਮੁੰਡੇ ਦਾ ਵਿਆਹ ਕੁੜੇ ਹੱਕ ਤਾਂ ਬਣਦੀ ਹੈ ਮੇਰੇ ਗਹਿਣੇ ਤਾਂ ਉਦੋਂ ਬਕਿਆਤੇ ਤੁਸੀਂ ਨੇ ਫਿਰ ਮੈਂ ਕਿਹੜਾ ਜਾਣ ਕੇ ਬਕੇ ਨੇ ਜ਼ਮੀਨ ਨਹੀਂ ਲਈ ਹੈਗੀ ਜ਼ਮੀਨ ਤਾਂ ਲਈ ਨੇ ਫਿਰ ਤੂੰ ਆਪਦੇ ਤਾਂ ਕੋਲੇ ਰੱਖ ਲੈ ਮੇਰੇ ਵਾਲੇ ਚੜਾ ਦੇ ਗੱਡੀ ਦੋ ਤੋਲੇ ਤਾਂ ਮੈਂ ਵੀ ਦਿੱਤੇ ਨੇ ਤੂੰ ਨਾ ਲੈਂਦੀ ਤੇਰੇ ਕਿਹੜਾ ਤਲਵਾਰ ਟਿਕੀ ਹੋਈ ਸੀਗੀ ਗੱਲ ਤੇ ਹੈ ਤੂੰ ਹੀ ਫਿਰ ਚਲਾਕੀਆਂ ਕਰਦੀ ਤੂੰ ਤਾਂ ਤੂੰ ਐ ਕਹਿੰਦੀ ਸੀ ਵੀ ਤੇਰੇ ਵਾਲੇ ਦੇ ਦੇ ਚੱਲ ਆਪਾਂ ਇਹਨਾਂ ਨਾਲ ਡੰਗਾ ਲਾ ਲਾਂਗੇ ਜਦੋਂ ਤੈਂ ਜਾਣਾ ਤਾਂ ਤੂੰ ਲੈ ਜਾ ਕਰ ਜਦੋਂ ਮੈਂ ਜਾਣਾ ਤਾਂ ਮੈਂ ਲੈ ਜਾ ਕਰੂੰਗੀ ਫਿਰ ਕਹਿਣ ਤੇ ਕਰਨ 'ਚ ਤਾਂ ਬਹੁਤ ਫਰਕ ਹੁੰਦਾ ਭੈਣੇ ਤੇਰਾ ਕੀ ਹੈ ਜਾਣ ਬੁੱਝ ਕੇ ਡੇ ਗਿਆ ਮੈਂ ਵੀ ਜੇ ਮੇਰੇ ਕੋਲ ਨਹੀਂ ਵੀ ਉਹ ਵੀ ਖਾਖੀ ਨੰਗਣੀ ਹੋ ਜੇ ਤੇਰੇ ਵਰਗੀ ਦੀ ਚਲਾਕੀ ਮੈਂ ਬੋਲਦੀ ਆਂ ਕਿ ਵੀ ਮੈਂ ਹੀ ਡੇ ਗਿਆਉਂਗੀ ਫਿਰ ਕਿਸੇ ਨੂੰ ਮੂੰਹ ਤੇ ਆਏਂਗੇ ਇੱਥੇ ਮਾਸੀ ਭੂਆ ਨੂੰ ਮਾਮੇ ਨੂੰ ਹਾਂ ਤਾਂ ਮੈਂ ਪਹਿਲਾਂ ਵੀ ਤੇਰੇ ਕਈ ਵਾਰੀ ਦੀ ਆਏ ਸੀ ਹੁਣ ਮੈਂ ਨਹੀਂ ਦਿੰਦੀ ਬਾਬਾ ਗੁਰੂ ਐਵੇਂ ਮੇਰੇ ਗਾਣਾ ਡੇਗ ਦੇਂਗੀ ਮੈਨੂੰ ਇਸੇ ਨੇ ਇਹ ਕਿਸੇ ਨੇ ਫੇਰ ਨਹੀਂ ਇੱਥੇ ਰਾਣੀ ਹਾਰ ਕਰਾ ਕੇ ਦੇਣਾ ਹੈਗਾ ਉਹ ਤਾਂ ਮੈਨੂੰ ਪਤਾ ਸੀ ਉਹਦੇ ਮਿੱਠੇ ਪੋਚੇ ਮਾਰਦੇ ਸੀ ਸਾਨੂੰ ਤਾਂ ਖਾਖੀ ਨੰਗ ਕਰਤਾ ਆਪ ਮਾਂ ਨਾ ਕੋਲੇ ਰੱਖ ਲਈ ਫਿਰ ਤੂੰ ਮੱਚ ਲੀਗਾ ਤੂੰ ਆਪਦੇ ਕਰਾ ਲਾ ਨਾ ਦਿੰਦੀ ਉਦੋਂ ਉਹ ਤਾਂ ਛੇਤੀ ਅੱਗ ਲੱਗ ਰਹੀ ਸੀ ਕਿ 2 ਕਿੱਲੇ ਜ਼ਮੀਨ ਦੇ ਲਈ ਨਿਕਲਦੇ ਨੇ ਕਿ ਮੇਰੇ ਕੱਲੀ ਦੇ ਲੱਗੀ ਹੋਈ ਸੀ ਤੇਰੇ ਤਾਂ ਕਾਹਨੂੰ ਲੱਗੀ ਹੋਈ ਸੀ ਅੱਗ ਉਹ ਤਾਂ ਤੂੰ ਵੀ ਟਪੂਸੀਆਂ ਮਾਰਦੀ ਫਿਰਦੀ ਸੀ ਵੀ ਨਾਲ ਲੱਗਦੀ ਬਾਟਾ ਲੈ ਲਓ ਬਈ ਲਾਲਚ ਤਾਂ ਹੁੰਦਾ ਹੈ ਵੀ ਨਾਲ ਦੀ ਜ਼ਮੀਨ ਮਿਲ ਜਾਏ ਉਹਦੇ ਵਰਗੀ ਰੀਸ ਨਹੀਂ ਕੋਈ ਗਵਾਂਢੀ ਅੱਕ ਲੱਗੂਗਾ ਉੱਥੇ ਮੇਰੀ ਗੱਲ ਸੁਣ
ਅੱਜ ਕੱਲ ਨਾ ਡੁਪਲੀਕੇਟ ਗਹਿਣੇ ਜਿਹੋ ਜਿਹੇ ਮਰਜ਼ੀ ਲੈ ਲਾ, 1500 ਦੇ ਹੋਣਗੇ, 1000 ਰੁਪਏ ਲੈ ਲਾ ਦੇ ਦਿੰਨੇ ਦਾਰ। ਬਈ ਮੈਨੂੰ ਮੱਤ ਨਾ ਦੇ, ਮੈਨੂੰ ਪਤਾ ਹੈ ਜੇ ਤੂੰ ਟੂ ਮੰਨ ਜਾਣੀ ਆ ਤੂੰ ਜਵਾਬ ਦੇ ਦੇ, ਨਾ ਮੈਂ ਤਾਂ ਸਮਝਣਾ ਦੇ ਮੈਨੂੰ, ਮੈਂ ਨਹੀਂ ਦਿੰਦੀ ਭਾਈ, ਨਾ ਮੇਰੇ ਕੋਲ ਟੂ ਅੱਜ ਨਾ ਕੱਲ, ਨਾ ਇਦਾਂ ਮੁੜ ਕੇ ਮੰਗੀ, ਸਿੱਧੀ ਗੱਲ ਆ, ਸੁਣ ਗਿਆ? ਉਹ ਤਾਂ ਮੈਨੂੰ ਪਤਾ ਹੀ ਸੀਗਾ ਤੇਰਾ, ਫੇਰ ਪਤਾ ਹੀ ਸੀ ਫਿਰ ਮੰਗਣ ਕਾ ਤੂੰ ਆਈ ਆ। ਮੋਮੋ ਠਗਨੀ ਦਾ ਵੀ ਆਈ ਪੱਤਾ ਮਾਰੂਗੀ। ਪੱਤਾ ਨੀ ਮਾਰਦੀ, ਮੈਂ ਤਾਂ ਸਿੱਧਾ ਸਿੱਧੇ ਮੱਥੇ ਕਿਹਾ ਤੈਨੂੰ, ਮੈਂ ਤਾਂ ਦਿੰਦੀ ਨੀ ਭਾਈ ਅੱਧੀਆਂ ਟੂਮਾਂ, ਉੱਥੇ ਗਮਾ ਕੇ ਆ ਜਾਏਗੀ, ਕੌਣ ਜ਼ਿੰਮੇਵਾਰ ਹੈ? ਇੰਨਾ ਇਕੱਠ ਚੋਣਾ ਤੁਹਾਡੇ ਉਂ ਇਕੱਠਾ ਹੋ ਜਾਂਦਾ ਬਈ, ਵਿਆਹ ਸਾਡੇ ਚ ਇਕੱਠੇ ਹੁੰਦੇ ਨੇ, ਉਹਦੇ ਆਉਣਗੇ, ਜਿਹਦੇ ਹੋਣਗੇ ਨੀ ਉਹਦੇ ਆਉਣਗੇ ਕੀ ਬਈ? ਭਾਂਤ ਸਮਾਂ ਤੇ ਕੋਈ ਚੱਜ ਦੇ ਇੱਕ ਦੋ ਬੰਦਾ ਹੁੰਦਾ ਹੈ ਥੋੜਾ, ਤੇ ਚੋਰੀ ਛਪੋਰੀ ਕਰ ਲੈਣਗੇ, ਮੈਂ ਨਹੀਂ ਦਿੰਦੀ ਬਈ, ਸਿੱਧੀ ਜੀ ਗੱਲ ਹੈ, ਮੈਂ ਤਾਂ ਦਿੰਦੀ ਨਹੀਂ ਬਈ, ਤੂੰ ਗਹਿਣੇ ਨਹੀਂ ਦੇਣੇ, ਨਾ ਦੇ, ਪਰ ਤੂੰ ਚੌਣਾ ਬੇ ਚੌਣਾ ਨਾ ਪਰਖ, ਚੱਲ ਜੋ ਮਰਜ਼ੀ ਅੜੀਏ, ਮੈਂ ਨਹੀਂ ਦਿੰਦੀ ਹੈਗੀ। ਉਰੇ ਕਲੇਸ਼ ਪਾਇਆ ਤੜਕੀ ਤੜਕੀ, ਹੁਣ ਮੇਰਾ ਸਾਰਾ ਮੂਡ ਖਰਾਬ ਕਰਤਾ, ਪੂਰਾ ਦਿਨ ਬੇਕਾਰ ਨੰਗੋ, ਤਾਂ ਨੰਗਣਾ ਹੀ ਸੀ ਬੇਕਾਰ, ਹਾਂ ਬਹਿ ਗਈ ਮਾਰ ਕੇ ਕੁੰਡਲੀ, ਅੱਗੇ ਰੋਜ਼ ਤੇ ਟੁੰਮਾ ਪਾ ਕੇ ਜਾਨੀ ਆ ਬਈ, ਜਦੋਂ ਹੁੰਦੀਆਂ ਉਹ ਤਾਂ ਪਾ ਕੇ ਜਾਣੀਆਂ ਨੇ, ਜਦੋਂ ਮੇਰਾ ਤਾਂ ਕਰਵਾਤੀ, ਹੁਣ ਮੈਂ ਤਾਂ ਮੰਗਣੀ ਨਹੀਂ, ਮੈਂ ਕਿਹੜਾ ਹੁਣ ਆਈ ਖਾਣ ਬਾਗਜੂ ਖਾਲੀ ਕਰਨ, ਉੱਥੇ ਜਿਨ੍ਹਾਂ ਕੋਲ ਹੈ ਨੀ ਉਹ ਜਾਂਦੇ ਨੀ ਫਿਰ ਵਿਆਹ ਤੇ, ਉਹ ਆਈ ਰਹਿ ਜਾਂਦੇ ਨੇ। ਚੱਲ ਭੈਣੇ ਤੂੰ ਵੱਡੀ ਆ, ਤੂੰ ਜਿੱਤੀ ਮੈਂ ਹਾਰੀ, ਤੂੰ ਰੱਖ ਟੁੰਮਾ ਆਪਦੀਆਂ, ਮੈਂ ਤਾਂ ਜਾ ਹੋਰ ਕਰਵਾ ਲੂੰਗੀ। ਕਰਵਾ ਲਾ, ਕਰਵਾਉਣ ਨੂੰ ਤੇਰੇ ਤੂੰ ਕਿਤੇ ਉਹ ਨਾ ਕਰਾ ਲੈ ਹੀਰਿਆਂ ਵਾਲਾ ਹਾਰ, ਉਹ ਤਾਂ ਸਾਨੂੰ ਪਤਾ ਹੀ ਸੀਗੀ, ਮਿੱਠੀ ਪਿਆਰੀ ਹੋ ਕੇ ਉਂਗਲਾਂ ਲਾ ਲਾ ਕੇ ਆਦੇ ਬੰਦੇ ਨੂੰ, ਨਾ ਸਾਡੀਆਂ ਬਕਿਆਤੀਆਂ ਆਪਦੀਆਂ ਕੋਲੇ ਰੱਖਣਾ, ਦੋਨੇ ਜੀ ਸਿਆਰ ਬਹੁਤ ਆ ਤੁਸੀਂ। ਫਿਰ ਤੂੰ ਸ਼ਹਿਰ ਬਣ ਜਾਂਦੀ, ਹੁਣ ਗੱਲ ਤਾਂ ਪੂਰੀ ਕਰ ਜਾਂਦੀ, ਦੇਖ ਲੈ ਕੀ ਕਰਦੀ ਐ, ਹੱਦ ਆ, ਇਹਨੂੰ ਦੇ ਦੇ ਟੁੰਮਾ, ਤਾਂ ਪਹਿਲੀ ਕਲੇਸ਼ ਪਾਉਣ ਨੂੰ ਫਿਰਦੀ ਸੀ, ਹੁਣ ਜਾਨੀ ਕਿੱਥੇ ਆ, ਹੋਰ ਲੜ ਲੈਂਦੀ ਮਾੜਾ ਜਾ, ਪਰ ਸਿਆਪਾ ਨਿਬੜਦਾ ਨੀ, ਕੀ ਸਿਆਪਾ ਸਿਆਪਾ ਲਾਇਆ ਤੈਂ, ਹੈ ਕੀ ਲੜਨਾ ਸੀ, ਲੈ ਮੈਂ ਆਈ ਜਾਂਦੀ, ਮੈਂ ਤਾਂ ਬਿੰਦ ਪਿੱਛੋਂ ਵਗ ਜੂ, ਤੂੰ ਦੱਸ ਕੀ ਕਰਨਾ, ਜਾਣ ਨੂੰ ਕੀ ਤੇ ਇੱਥੇ ਬਰੀ ਪਾਈ ਬੈਠੀ ਆ, ਹੈ ਨੀ, ਜਦੋਂ ਟਾਈਮ ਸਿਰ ਬਰੀਆਂ ਵੀ ਪੈ ਗਈਆਂ ਸੀ, ਸਾਰੀ ਉਮਰ ਕਿਹੜਾ ਬਰੀਆਂ ਚ ਨਿਕਲੂਗੀ, ਮੇਰੇ ਨਾਲ ਬਾਲੀ ਜਵਾਨ ਲੜਾਉਣ ਦੀ ਲੋੜ ਨੀ, ਚੁੱਪ ਕਰਕੇ ਅੱਡ ਅੱਡ ਹੋ ਜਾ, ਇਹ ਗੱਲਾਂ ਤਾਂ ਭਾਲਦੀ ਸੀ ਤੂੰ, ਆ ਭਾਲਦੀ ਆ, ਹੋ ਜਾ ਅੱਡ, ਫਿਰ ਕਮਰਾ ਡੱਕਾ ਨੀ ਤੋੜਦੀ, ਮਹਾਰਾਣੀ ਉੱਠ ਕੇ 12 ਵਜੇ ਪ੍ਰਧਾਨ ਬਣ ਕੇ ਬਹਿ ਜਾਂਦੀ ਰਸੋਈ ਚ, ਉੱਠਦੀ ਤਾਂ ਹੈਗੀ ਆ, ਤੇਰੇ ਮੰਗ ਤੇ ਨੀ 4-4 ਦਿਨ ਸੁੱਤੀ ਰਹਿਣੀ ਆ, ਨਾਲੇ ਵੀ ਮੈਂ ਤਾਂ ਆਈ ਸੌਂਗੀ, ਠੀਕ ਆ ਨਾ, ਮੇਰੀ ਮਰਜ਼ੀ ਆ, ਜੇ ਬਾਲੀ ਅੱਖੀਆਂ ਅੱਡ ਹੋ ਤੇ ਚੱਕ ਭਾਂਡੇ, ਜੇ ਭਾਂਡੇ ਚਕਾਉਣ ਨੂੰ ਫਿਰਦੀ, ਮੈਂ ਭਾਂਡੇ ਮੈਂ ਨੀ ਚੱਕਦੀ, ਭਾਂਡੇ ਤਾਂ ਤੂੰ ਚੱਕੇਂਗੀ, ਕਿਉਂ ਰਸੋਈ ਮੈਨੂੰ ਹੀ ਆਊਗੀ, ਲੈ ਲੈ ਖੁੱਲੜ ਦੀ ਰਸੋਈ, ਮੈਂ ਤਾਂ ਵਧੀਆ ਬਾਹਰ ਵਾਲੀ ਲਾਉ, ਲੈ 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 ਲੈ, ਜੋ ਪਤਾ ਲੱਗੂ ਜਦੋਂ ਬਣਾਉਣਾ ਪਿਆ ਕੁਛ, ਸਾਰਾ ਕੁਝ ਮੈਂ ਹੀ ਬਣਾਉਣੀ, ਔਰ ਤੇਰੇ ਹੱਥ ਦਾ ਖਾਂਦਾ ਕੌਣ ਔਰ ਪਕਵਾਨ, ਓ ਨਹੀਂ ਖਾਂਦਾ, ਬਸ ਆ ਬੰਨੇ ਤੇਰੇ ਮੂਰੀ ਹੱਥ, ਤੂੰ ਤਾਂ ਮੈਨੂੰ ਦੇਖਦੀ 12 ਵਜੇ ਲਾ ਕੇ ਦਿੰਦੀ ਮੁਣਾਣ ਇਹਨਾਂ ਨੂੰ ਇੱਥੇ, ਬਈ ਮੈਂ ਤਾਂ 12 ਵਜੇ ਵੀ ਨਹੀਂ ਬਣਾਉਂਦੀ, ਠੀਕ ਹੈ, ਆਪਦੀ ਬਾਹਰ ਹੋਟਲ ਤੇ ਖਾਇਆ ਕਰਾਂਗੇ, ਜਿੱਥੇ ਮਰਜ਼ੀ ਖਾਓ, ਜਿੱਥੇ ਮਰਜ਼ੀ ਨਾ ਖਾਓ, ਆਦੇ ਬੰਦੇ ਨੂੰ ਕਹਦੀ ਸਾਡੀ ਬਣੀ ਹੋਈ ਚੀਜ਼ ਨਹੀਂ ਖਾਣ ਦੀ ਲੋੜ ਹੈਗੀ, ਮੇਰਾ ਬੰਦਾ ਕਾਹਤੋਂ ਖਾਊਗਾ, ਮੇਰੇ ਬੰਦੇ ਨੂੰ ਤਾਂ ਸੱਚ ਦਾ ਮਗਰ ਲਿਆ ਹੋਇਆ ਪਿਆ, ਉਹ ਤਾਂ ਅਡੋਣ ਦਾ ਨਾਂ ਹੀ ਨਹੀਂ ਲੈਂਦਾ, ਨਹੀਂ ਮੈਂ ਕੀ ਮਗਰ ਲਾ ਲਿਆ ਤੇਰੇ ਬੰਦੇ ਤਾਂ, ਮੈਂ ਕੀ 4-5 ਤੇਰੇ ਬੰਦੇ ਦਾ, ਕੀ ਤਾਂ ਮੈਨੂੰ ਸੀਰੀ ਲਾਉਣਾ ਹੋਵੇ, ਲਾਉਣਾ ਹੈਗੇ ਮੇਰਾ ਬੰਦਾ, ਤੇਰੇ ਬੰਦੇ ਨੂੰ ਜ਼ਿਆਦਾ ਉਹ ਕਰੂੰਗੀ, ਤੂੰ ਐਂ ਕਰ ਜਾ ਫਿਰ ਉਹਨਾਂ ਨੂੰ ਕਹਿ ਦੇ ਦੋ ਜਣਿਆਂ ਨੂੰ ਵੀ ਬਈ ਇਸ ਤਾਂ ਅੱਡ ਹੋਣ, ਅੱਡ ਹੋਣਦੀ ਤਾਂ ਤੇਰੇ ਅੱਗ ਲੱਗੀ ਐ, ਉਹਨਾਂ ਦੋਨੇ ਭਾਈਆਂ ਚ ਨਹੀਂ ਹੈਗੀ ਅੱਡ ਹੋਣ ਦੀ ਗੱਲ, ਫਿਰ ਤੇਰੇ ਕਿਹੜਾ ਹੈ ਨੀ, ਤੂੰ ਕਹਿ ਦੇ ਉਹਨਾਂ ਨੂੰ, ਮੈਂ ਕਿਉਂ ਕਹਾਂ ਵੀ ਮੈਂ ਨਹੀਂ ਫਿੱਕ ਪਾਉਂਦੀ ਘਰ ਚ, ਤੇਰੇ ਤਾਂ ਸੁਣਦੇ ਨੇ ਵੀ ਮੇਰੇ ਸੁਣਦੇ ਨਹੀਂ ਹੈਗੇ, ਤੇਰੇ ਤਾਂ ਚੱਲਦੀ ਆ, ਤੈਨੂੰ ਅੱਗਾ ਜ਼ਿਆਦਾ ਅੱਡ ਹੋਣ ਦੀ, ਤੂੰ ਬਾਪੂ ਕੋਲ ਜਾ ਕੇ ਕਹਿ ਦੂੰਗੀ, ਕਹਿ ਦੂੰਗੀ ਮੈਂ, ਕਿਹੜਾ ਡਰਦੀ ਆ, ਜ਼ਿਆਦਾ ਅੱਗ ਲੱਗ ਰਹੀ ਅੱਡ ਹੋਣ ਦੀ, ਲੈ ਕੀ ਟੂਮਾ ਟੂਮਾ ਦੀ ਵਰਗ ਲੈ ਕੇ ਮਹਾਰਾਣੀ ਬਣੀ ਬੈਠੀ, ਆਪਦੀਆਂ ਰੱਖਣਾ ਦੂਜੇ ਦੀਆਂ ਬਕਿਆਤੀਆਂ, ਪਤਾ ਨਹੀਂ ਇਹਨੂੰ ਤੜਕੇ ਤੜਕੇ ਕੀ ਹੋ ਜਾਂਦਾ, ਉਹ ਭਾਈ ਤੁਹਾਨੂੰ ਕੀ ਹੋ ਜਾਂਦਾ, ਕਿਉਂ ਲੜੇ ਜਾਂਦੇ ਤੁਸੀਂ, ਬਾਪੂ ਸਾਨੂੰ ਅੱਡ ਕਰ ਦੇ ਬਸ, ਅੱਡ ਕਰ ਦੇ, ਆਹੋ ਕੀ ਹੋ ਗਿਆ ਇਹ ਜੱਟ, ਹੁਣ ਇੱਡ ਕੱਢੋ ਤੁਸੀਂ ਮਹਿਲ ਤਾਲ ਲੈ ਅੱਡ ਹੋ ਜਾਓ, ਆ ਪੁੱਛ ਲੈ ਇਹਨੂੰ, ਉਹ ਹੀ ਲੜੀ ਜਾਂਦੀ ਹੈ ਸਵੇਰ ਦੀ, ਉਹ ਹੀ ਨਹੀਂ ਲੜਦੀ ਬਾਪੂ, ਮੈਂ ਟੂਮਾ ਮੰਗੀਆਂ ਸੀਗੀਆਂ, ਟੂਮਾ ਮੰਗੀਆਂ ਸੀ, ਟੂਮਾ ਨੂੰ ਦੱਸ ਤੂੰ ਕੀ ਉਹ ਕਰਨਾ ਹੈ, ਵਿਆਹ ਜਾਣਾ ਜਾਇਆ ਜਾ ਕੇ, ਇਹ ਕਿੱਡੀ ਗੱਲ, ਮੈਂ ਟੁੰਬਾ ਚੱਕ ਫੜਾ ਦੇ ਫਿਰ ਘਰੇ ਪਾਉਣ ਵਾਸਤੇ, ਹੁੰਦਾ ਮੈਂ ਨਹੀਂ ਦਿੰਦੀ ਬਾਪੂ, ਇਹ ਡੇ ਗਿਆ ਹੋਊਗੀ ਮੇਰੀ ਆ ਗਲੀ ਚ, ਕੋਈ ਗੱਲ ਨਹੀਂ ਭਾਈ, ਅੱਜ ਤੱਕ ਤੇ ਤੂੰ ਤਾਂ ਛੱਟਣਾ ਨਹੀਂ ਹੈ, ਕਿਵੇਂ ਛੱਡ ਦੂਗੀ, ਚੀਜ਼ ਬਰਤਨ ਵਾਸਤੇ ਹੁੰਦੀ ਆ,
ਤੂੰ ਦੇ ਦੇ ਤਾਂ ਮਾੜੇ ਗੱਲੇ ਫਰਕ ਪੈ ਜਾਂਦਾ ਜੇ ਡਿੱਗ ਜਾਣਗੇ ਕੋਈ ਤੈਨੂੰ ਹੋਰ ਬਣਾ ਦਿਆਂਗੇ ਨਹੀਂ ਬਣਾ ਕੇ ਕੋਈ ਨਾ ਬਾਪੂ ਤੁਸੀਂ ਇਹਨੂੰ ਹੀ ਹੋਰ ਕਰਾ ਦਿਓ ਉਹ ਭਾਈ ਰਾਤ ਰਾਤ ਨਹੀਂ ਹਰਨੇ ਹੋ ਜਾਣਗੇ ਉਹ ਹਜੇ ਤਾਂ ਪਏ ਨੇ ਇੱਕ ਅੱਧਾ ਦਿਨ ਵਿਆਹ ਚ ਉਦੋਂ ਕਰਾ ਦੇ ਬਸ ਮੈਨੂੰ ਨਹੀਂ ਪਤਾ ਪਰ ਮੈਂ ਆਪਦੀ ਟੁੰਮਾ ਨਹੀਂ ਦਿੰਦੀ ਹੈਗੀ ਬਸ ਹੁਣ ਬੁਲਾ ਕਿੱਥੇ ਦੂਜੇ ਨੂੰ ਛੋਟੇ ਨੂੰ ਰਵੀ ਨੂੰ ਬੋਲ ਮਾਰ ਜਿਹੜੇ ਮਰਜ਼ੀ ਨੂੰ ਬੁਲਾ ਲਾ ਬਾਪੂ ਮੈਂ ਟੁੰਮਾ ਨਹੀਂ ਦਿੰਦੀ ਦੇਖ ਲੈ ਹੁਣ ਤਾਂ ਤੁਹਾਡੇ ਸਾਹਮਣੇ ਮੁੱਕਰੀ ਆਉਂਦੀ ਹੈ ਉਹਦੇ ਇਹ ਗੱਲ ਹੋਈ ਸੀ ਕਹਿੰਦੇ ਤੂੰ ਆਦੇ ਟੁੰਮਾ ਦੇ ਦੇ ਤੇ ਮੈਂ ਆਪਦੇ ਰੱਖ ਦਿਆਂ ਚਾਹ ਤਾਂ ਲੋੜ ਪਈ ਇੱਕ ਦੂਜੇ ਨੂੰ ਬਸ ਦਵਾਂਗੇ ਮੈਨੂੰ ਸਾਰਾ ਪਤਾ ਦੱਸਣ ਦੀ ਲੋੜ ਨਹੀਂ ਇਹਨੇ 2 ਤੋਲੇ ਦਿੱਤੇ ਸੀ 8 ਤੋਲੇ 6 ਤੋਲੇ ਤੇ ਕੋਲੇ ਮੈਨੂੰ ਪਤਾ ਨਹੀਂ ਪਤਾ ਸਾਰੀ ਗੱਲ ਇਹ ਗੱਲ ਨਾ ਕਹੋ ਵੀ ਮੈਨੂੰ ਪਤਾ ਨਹੀਂਗਾ ਸਭ ਪਤਾ ਹੈਗਾ ਬਾਪੂ ਇਹ ਜਾਣ ਕੇ ਡੇਕ ਕੇ ਆਉਗੀ ਜਾਣ ਕੇ ਭਾਈ ਕੋਈ ਆਕਾ ਮਿਲੀ ਆ ਕਿਉਂ ਜਾਣ ਕੇ ਡੇਕ ਤੂੰ ਕਮਾਲ ਕਰੀ ਜੰਨੇ ਮੈਂ ਨਾ ਵੀ ਮੇਰੀਆਂ ਟੁੰਮਾਂ ਨਹੀਂ ਰਹੀਆਂ ਇਹ ਵੀ ਨਹੀਂ ਰਹਿਣਾ ਕੋਈ ਚੀਜ਼ ਕਰੇ ਹੁੰਦੀ ਹੈ ਜਿਹੇ ਜਿਹੇ ਨਹੀਂ ਰਹਿੰਗੇ ਇਹਦਾ ਕੁਝ ਨਹੀਂ ਹੱਕ ਮੈਨੂੰ ਪਤਾ ਹੈਗਾ ਜਿਹੇ ਜਿਹੇ ਇਹਨਾਂ ਦਾ ਹੈਗਾ ਮੈਨੂੰ ਪਤਾ ਵੀ ਸਾਰਾ ਸਿਉਣਾ ਪਿਆ ਛੋਟਾ ਛੋਟੇ ਕੋਲੇ ਉਹ ਜਾਂ ਕੋਈ ਹੱਕ ਨਹੀਂ ਰੱਖਦਾ ਉਹ ਟੁੰਮਾ ਦਵਾ ਨਾ ਸੋਹਣਾ ਟੁੰਮਾ ਨਾ ਟੁੰਮਾ ਤੇ ਖੇਡ ਜਾਂਦੀ ਉਹ ਕਿਹੜੇ ਟੁੰਮਾ ਇਹਨੇ ਵਿਆਹ ਜਾਣਾਗਾ ਇਹਦੇ ਕੋਲ ਹੈਗਾ ਸਿਉਣਾ ਜਿਹੜਾ ਉਹ ਦਵਾ ਸੀ ਕੋਲੇ ਦੇ ਦੇ ਨਾ ਇੱਕ ਦਿਨ ਕੀ ਹੋ ਜਾਊਗਾ ਉਹ ਤਾਂ ਮੈਂ ਅਲਮਾਰੀ ਚ ਡੂੰਗਾ ਸੰਭਿਆ ਪਿਆ ਹੁਣ ਚਾਬੀ ਪਤਾ ਨਹੀਂ ਮੈਂ ਚਾਬੀ ਪਤਾ ਨਹੀਂ ਕਿੱਥੇ ਧਰ ਕੇ ਭੁੱਲ ਗਈ ਬੰਦਾ ਬਣਿਓ ਭਾਈ ਉਹ ਕਿੱਥੇ ਭੰਨਿਆ ਜਾਂਦਾ ਭੰਨਣ ਨਾਲੇ ਥੋੜਾ ਹੁੰਦੇ ਨੇ ਅਲਮਾਰੀ ਚ ਉਹ ਬੈਣ ਲੱਗ ਜਾਂਦੇ ਉਹ ਪਾੜ ਦੂਗਾ ਅਲਮਾਰੀ ਬਸ ਮੇਰੀ ਅਲਮਾਰੀ ਖਰਾਬ ਹੋ ਜੂਏ ਨਾ ਕਿ ਜੋ ਮੇਰੇ ਪੇਕਿਆਂ ਨੇ 25000 ਦੀ ਲੈ ਕੇ ਦਿੱਤੀ ਆ ਕੋਈ ਸਮਝਾਉਣਾ ਦੇ ਸਮਝਾਉਣਾ ਫੇਰ ਕੱਲ ਨੂੰ ਆਏਗਾ ਜੀ ਮੈਂ ਹੋਰ ਰੰਗਾਂ ਦਾ ਮੇਰੇ ਕੋਲ ਖੁੰਡਾ ਹੈਗਾ ਮੈਨ ਲੱਗਦਾ ਬਾਪੂ ਇਹ ਐ ਮੰਨਦੀ ਵੀ ਨਹੀਂ ਇਹ ਖੁੰਡੇ ਨਾਲ ਹੀ ਮੰਨੂਗੀ ਮੈਨੂੰ ਮੈਂ ਕਿ ਭੁੱਲ ਗਈ ਜਦੋਂ ਇੱਕ ਮਿੰਟ ਇਹ ਖੁੰਡੇ ਵਾਲੀ ਕੀ ਗੱਲਾਂ ਦੇਖ ਅੱਜ ਤੱਕ ਮੈਂ ਘਰ ਨੂੰ ਜੋੜਿਆ ਹੀ ਆ ਤੋੜਿਆ ਨਹੀਂ ਤੁਸੀਂ ਮੇਰੇ ਬੈਠੇ ਤੇ ਐ ਕਰਨ ਲੱਗੇ ਬਾਅਦ ਤੁਸੀਂ ਕੀ ਕਰੋਗੇ ਦੇ ਦੇਣਾ ਇੱਕ ਦਿਨ ਨਾ ਪਾ ਕੇ ਤੈਨੂੰ ਹੱਥ ਨੂੰ ਮੋੜ ਦੂਗੀ ਦੱਸ ਕਿੱਡੀ ਗੱਲ ਲੱਗ ਕਰ ਜਾਓ 4 ਦਿਨ ਲਾ ਕੇ ਆਉਗੀ ਫਿਰ 4 ਦਿਨਾਂ ਨੇ ਚਾਬੀ ਨਹੀਂ ਹੈਗੀ ਜਦੋਂ ਮੈਂ ਭੁੱਲ ਗਈ ਰੱਖ ਕੇ ਹੁਈਆਂ ਆਪੋ ਦੇ ਬਹਾਨੇ ਨੇ ਜਾਂ ਨਹੀਂ ਦੇਣੀਆਂ ਤੂੰ ਮਾਂ ਨਾ ਦੇ ਆਪਣੇ ਬਹਾਨਾ ਨਾ ਮਾਰ ਆਪਾਂ ਨੇ ਨਹੀਂ ਦਿੰਦੀ ਮੈਂ ਤੈਨੂੰ ਬੰਦਿਆਂ ਨੂੰ ਕਹਿਦਾ ਲਿਆ ਦੇ ਨੂੰ ਚੱਕ ਕੇ ਅੰਦਰੋਂ ਮੈਂ ਤਾਂ ਭੁੱਲ ਗਈ ਚਾਬੀ ਧਰ ਕੇ ਹੈ ਆਹੋ ਚਾਬੀ ਚੁੱਕੀ ਤੇਰੇ ਸਭ ਜਾ ਲੈ ਚੱਲ ਗਿਆ ਚੱਲ ਮੈਨੂੰ ਨਹੀਂ ਪਤਾ ਬਾਪੂ ਉਹ ਕੀ ਹੋ ਗਿਆ ਬਾਪੂ ਉਹ ਪਾਣੀ ਲੈ ਕੇ ਬਾਪੂ ਕੀ ਹੋ ਗਿਆ ਕਲਰ ਵਾਲਾ ਪਈ ਨੇ ਬਾਪੂ ਬਾਪੂ ਓ ਬਾਪੂ ਓ ਡਾਕਟਰ ਬਾਪੂ ਲੈ ਬਲਾ ਕੇ ਓਏ ਬਲਾਇਨ ਦੇ ਕੀ ਹੋ ਗਿਆ ਬਾਪੂ ਆ ਗਿਆ ਆਇਆ ਬਾਪੂ ਆ ਗਿਆ ਰਵੀ ਅੰਨ ਨਹੀਂ ਬਜਾਣਾ ਹੋਇਆ ਆਈ ਮਰ ਜੇ ਤੂੰ ਮੈਂ ਮਾਰੀ ਸੀ ਤੂੰ ਮੈਨੂੰ ਦੇਖਦਾ ਸੀਗਾ ਦੇਖ ਲੈ ਬਾਪੂ ਤੂੰ ਮਰੇ ਦੀ ਅੱਖਾਂ ਕੀ ਮੀਚ ਗਿਆ ਕੰਜਰ ਨੇ ਮੈਨੂੰ ਕੁੱਟ ਕੁੱਟ ਬੁਰਾਲ ਕਰਤਾ ਉੱਠ ਜਾ ਬਾਪੂ ਵੇ ਬਾਪੂ ਨਹੀਂ ਉੱਠਦਾ ਹੁਣ ਕਦੋਂ ਦੇ ਬੁਲਾਇਆ ਇਹ ਤੱਕ ਨਹੀਂ ਆਏ ਜੇ ਮਹਾਰਾਣੀ ਆਉਣ ਤੋਂ ਵੀ ਫੇਰ ਹੀ ਆ ਆ ਗਈ ਭਾਣੇ ਆ ਗਈ ਆ ਗਈ ਹਾਂ ਦੱਸ ਰਵੀ ਕਿੱਥੇ ਆ ਰਵੀ ਨੇ ਤਾਂ ਕੰਮ ਆ ਤਾਂ ਦੋਸਤ ਨਾਲ ਗਿਆ ਦੱਸਿਆ ਨਹੀਂ ਸੀ ਵੀ ਹਿਸਾਬ ਕਿਤਾਬ ਕਰਨਾ ਲੈ ਦੱਸਣ ਦੀ ਕੀ ਲੋੜ ਹੈ ਜਦੋਂ ਮੈਂ ਹੈਗੀ ਆ ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ ਨਾ ਜਿਹੜੀ ਗੱਲ ਭਾਣੇ ਬੰਦਿਆਂ ਨੇ ਕਰਨੀ ਉਹ ਆਪਾਂ ਕਿਵੇਂ ਕਰ ਲਾਂਗੇ ਕੋਈ ਨਾ ਭਾਈ ਗੱਲ ਕਰਨ ਵਿੱਚ ਤਾਂ ਤੂੰ ਵੀ ਬੈਠੀ ਆ ਬੈਠੀ ਤੇ ਹੈਗੀ ਭਾਈ ਮੈਂ ਬੰਦਿਆਂ ਦੀ ਗੱਲ 'ਚ ਘੱਟ ਬੋਲ ਕੇ ਖੁਸ਼ ਹਾਂ ਅਬੇ ਜੇ ਤੇ ਵਿੱਚ ਬੁੜੀ ਬੈਠ ਹੈ ਗਈ ਫਿਰ ਹੁਣ ਦੂਜੀ ਮੇਰੇ ਵਾਰੀ ਕੀ ਮਿਰਚਾਂ ਲੜ ਜਾਂਦੀਆਂ ਨੇ ਅਗਲੇ ਨੂੰ ਕੰਮ ਆ ਬੇਲਾ ਥੋੜੀ ਤੁਹਾਡੇ ਮੰਗੋ ਦੱਸੋ ਕੀ ਆ ਅਸੀਂ ਤਾਂ ਆਪੇ ਵੇਲੇ ਆਂਗੇ ਦੱਸ ਦੇ ਭਾਈ ਇਹਨੂੰ ਗੱਲ ਤਾਂ ਐ ਆ ਹਾਂ ਦੇਰ ਵੀ ਤਾਂ ਹੁਣ 4 ਕਿੱਲੇ ਆਪਾਂ ਜ਼ਮੀਨ ਆਪਾਂ ਦੀ ਹਾਂ ਹਾਂ 2 ਕਿੱਲੇ ਦੇ ਲਾਉਣ ਠੀਕ ਆ ਹੁਣ ਤੁਸੀਂ ਅੱਡ ਹੋਣ ਨੂੰ ਕਹਿੰਦੇ ਸੀ 2 ਕਿੱਲੇ ਦਾ ਲਾਉਣ ਹੈਗਾ ਤੇ 1 ਕਿੱਲਾ ਤੇ ਵੀ ਸੋਨੂੰ ਆ ਗਿਆ 1 ਕਿੱਲਾ ਮੇਰਾ ਆ ਗਿਆ ਠੀਕ ਆ ਲਾਉਣ ਵਾਲਾ ਹਾਂ ਉਹ ਤਾਂ ਆਉ ਗਈ ਲੈ ਐ ਕਿਵੇਂ ਆਉਗਾ ਜੇ ਤਾਂ ਲੋਨ ਤੇਰੇ ਨਾਮ ਤੇ ਆ ਬਈ ਬਈ ਲੈਤਾ ਕੀ ਨਹੀਂ ਸੀ ਲੈ ਜ਼ਮੀਨ ਤਾਂ ਜਦੋਂ ਹੁਣ ਬਾਪੂ ਨੇ ਲੈ ਕੇ ਦਿੱਤੇ ਠੀਕ ਆ
ਹੁਣ ਐ ਥੋੜੇ ਵੀ ਲੋਨ ਅਸੀਂ ਭਰਾਂਗੇ, ਜਿਹਦੇ ਨਾਮ ਤੇ ਹੈਗਾ ਉਹ ਭਰੋ, ਅਸੀਂ ਕਾਹਦੇ ਨਾਂ ਦਾ ਭਰੀਏ ਦੱਸ, ਸਾਡੇ ਨਾਮ ਤੇ ਆ ਜਾਂਦਾ ਅਸੀਂ ਭਰ ਦਿੰਦੇ। ਲੈ ਇਹ ਤਾਂ ਭਰਨਾ ਹੀ ਪਊਗਾ, ਫੇਰ ਹੀ ਦੋ ਦੋ ਕਿੱਲੇ ਆਉਣਗੇ, ਨੀ ਕਿੱਲਾ ਕਿੱਲਾ ਆਊਗਾ, ਸਿੱਧੀ ਗੱਲ ਆ। ਨਾ ਭਾਈ ਜ਼ਮੀਨ ਤਾਂ ਜਿਹੜੀ ਬਾਪੂ ਦੇ ਖਨਾ ਲਵਾ ਗਿਆ ਲਵਾ ਗਿਆ, ਠੀਕ ਆ, 2 ਕਿੱਲੋ ਲਵਾ ਗਿਆ ਸੀ ਸਾਡੇ ਨਾਮ, ਉਹ ਹੈਗੇ ਨੇ, ਜਿਹੜੇ ਲੋਨ ਵਾਲੇ ਨੇ ਤੁਹਾਡੇ ਜਿੰਮੇ ਨੇ, ਆਪਦਾ ਭਰੋ ਨਾ ਭਰੋ ਕੁਛ ਮਰਜ਼ੀ ਕਰੋ, ਸਾਨੂੰ ਕੋਈ ਮਤਲਬ ਨਹੀਂ। ਮੈਨੂੰ ਨੀ ਪਤਾ, ਮੇਰੇ ਨਾਲ ਲੜਨ ਭਿੜਨ ਦੀ ਲੋੜ ਨੀ, ਜਦੋਂ ਅਗਲੇ ਆਉਣਗੇ ਆਪੇ ਲੈ ਜਾਣਗੇ ਬਿਠਾ ਕੇ ਗੱਡੀਆਂ ਚ, ਤੁਹਾਨੂੰ ਆਪੇ ਫਿਰੋਂਗੇ ਭੌਂਕਦੇ, ਮੈਨੂੰ ਕੀ ਭਰੋ ਨਾ ਭਰੋ। ਮੇਰੇ ਘਰ ਵਾਲੇ ਨੂੰ ਨੀ ਅਗਲਾ ਕੁਛ ਕਹਿੰਦਾ, ਜਿਹਨੇ ਲੋਨ ਜਿਹਦੇ ਨਾਂ ਤੇ ਉਸੇ ਨੂੰ ਚੱਕੂਗਾ, ਸਾਨੂੰ ਕੋਈ ਨੀ ਕੁਛ ਕਹਿੰਦਾ। ਭੋਲਾ ਸੀ, ਸਾਰਾ ਤਾਂ ਲੁੱਟ ਲੁੱਟ ਖਾ ਕੇ ਸਾਨੂੰ ਭੋਲਾ ਸੀ, ਚੱਲ ਚੁੱਪ ਕਰ, ਹੁਣ ਕੀ ਲੜਦੀ ਇਹਦੇ ਨਾਲ, ਹੁਣ ਮੁੱਕਰ। ਮੈਂ ਤਾਂ ਇੱਕੋ ਗੱਲ ਹੈ ਵੀ ਲੋਨ ਮੈਂ ਲੈਤਾ ਨੀ ਆ, ਦੱਸ ਲੋਨ ਤੁਹਾਡੇ ਕਰਕੇ ਲੈਤਾ? ਲੋਨ ਅਸੀਂ ਤਾਂ ਲਿਆ ਨੀ, ਉਹ ਆ ਗਿਆ ਰਵੀ, ਰਵੀ ਨਾ ਕਿਤੇ ਰਵੀ ਆ, ਪਤਾ ਨੀ ਕਾਹਦਾ ਪੜਥੂ ਜਵਾਕ ਜੇ, ਪਤੰਗਾਂ ਵਾਲੇ ਉਰੀ ਫਿਰਦੇ ਰਹਿੰਦੇ ਨੇ ਖੇਡਦੇ। ਦੇਖ ਲੋ ਆਪਣਿਆਂ ਤੋਂ ਆਸ ਤੇ ਗੈਰਾਂ ਤੇ ਵਿਸ਼ਵਾਸ ਕਰੇ ਨਾ। ਮੇਰੇ ਤੇ ਭਾਈ ਪਹਿਲਾਂ ਨੀ ਕਿਸੇ ਨੇ ਵਿਸ਼ਵਾਸ ਕਰਿਆ ਹੈ, ਉਹ ਤੇ ਵਿਚਾਰੇ ਤੇ ਪਹਿਲਾਂ ਨੀ ਕਿਸੇ ਨੇ ਆਸ ਲਾਈ, ਹੁਣ ਨੀ ਲਾਈ, ਉਹ ਤਾਂ ਭਗਤਾਂ ਵਰਗਾ। ਆ ਜਾ ਤੇਰੇ ਨਾਮ ਤੇ ਲਾਉਣਾ, ਲੋਨ ਤਾਂ ਸਾਰਿਆਂ ਨੇ ਸਹਿਮਤੀ ਨਾਲ ਹੀ ਕਰਾਇਆ ਸੀ, ਕੀ ਹੋਇਆ ਬਾਪੂ ਹੈ ਨਹੀਂ ਇਹ ਦੁਨੀਆ ਤੇ, ਤੇ ਬਾਪੂ ਫਿਰ ਕੀ ਆਪਾਂ ਨਹੀਂ ਭਰਦੇ, ਤੈਨੂੰ ਕਹਿਤਾ ਮੈਂ ਆਪਾਂ ਨਹੀਂ ਭਰਦੇ, ਮੈਂ ਚੱਕ ਕੇ ਝੋਲਾ ਹੁਣੇ ਜਾਉਂ ਪਿੰਡ। ਗੱਲ ਐ ਬਾਈ, ਜੇ ਲਾਉਣ ਨਹੀਂ ਭਰਨਾ ਨਾ, ਮੇਰੇ ਨਾਮ ਲਵਾ 2 ਕਿੱਲੇ ਜ਼ਮੀਨ, ਤੇ ਕਿਹੜੀ ਘਰ ਦੀ ਵੰਡ ਐ, 2 ਕਿੱਲੇ ਉਹ ਚ ਕਿੱਲਾ ਲੈ ਲਓ, ਦੂਜੇ 2 ਕਿੱਲੇ ਮੇਰੇ ਨਾਮ ਲਵਾ ਦੋ, ਸਿੱਧੀ ਗੱਲ। ਦੇਖ ਲੈ ਕਿੰਨਾ ਸਿਆਣਾ ਏ, ਦੇਖ ਲੈ ਲੱਲਿਆ ਲੱਲਿਆ ਕੀ ਫਿਰ ਹੁਣ ਅਗਲਾ ਕਰੂਗੀ, ਜੇ ਹੁਣ ਤੂੰ ਭਰਨੀ ਦਿੰਦੀ ਲੋਨ, ਬਾਪੂ ਲਵਾ ਕੇ ਗਿਆ ਸਾਰਾ ਕੁਛ, ਮੈਂ ਥੋੜੀ ਲਵਾਇਆ ਨਾਮ, ਮੈਨੂੰ ਕੀ ਪਤਾ ਸੀ ਇਹ ਕੁਛ ਕਰਨਗੇ, ਮੈਂ ਤਾਂ ਆਪਣੇ ਸਮਝਿਆ ਸੀ, ਤਾਂ ਇਹ ਕਹੋ ਬਾਬੇ ਨੇ ਮੈਨੂੰ ਆਖਿਆ ਸੀ ਕਹਿੰਦਾ ਆਪਣੇ ਤੋਂ ਆਸ ਤੇ ਗੈਰਾਂ ਤੇ ਵਿਸ਼ਵਾਸ ਕਦੇ ਨਾ ਕਰੀ ਜ਼ਿੰਦਗੀ। ਮੇਰੀ ਗੱਲ ਸੁਣੋ ਰੇ, ਆਸ ਵਿਸ਼ਵਾਸ ਜੀ ਆਪਦੀ ਛੱਡੋ, ਤੇ ਆ ਬੰਨੇ ਦੋਏ ਹੱਥ, ਇੱਥੋਂ ਨਾ ਆਪਦੇ ਤਿੱਤਰ ਲੱਗੋ, ਦੂਜਾ ਘਰ ਸਾਂਭ ਲਓ, ਸੁਣ ਗਿਆ?
ਜੇ ਮੇਰੇ ਘਰ ਵਾਲੇ ਨੂੰ ਕੁਛ ਹੋ ਗਿਆ ਜਾਂ ਮੈਨੂੰ ਕੁਛ ਹੋ ਗਿਆ ਮੈਂ ਪਹਿਲਾਂ ਪਰਚਾ ਲਿਖ ਕੇ ਰੱਖੂਗੀ, ਦੋਹੇ ਜੀ ਜ਼ਿੰਮੇਵਾਰ ਨੇ। ਉਰੇ ਸਾਡਾ ਘਰ ਪੱਟ ਦੋਗੇ, ਤੁਹਾਡਾ ਕੁਛ ਜਾਣਾ ਨੀ, ਕਦੇ ਗਹਿਣੇ ਦੇ ਦੋ ਕਦੇ ਜ਼ਮੀਨਾਂ ਦੇ ਦੋ, ਤੇਰੇ ਗਹਿਣੇ ਨੇ ਬਾਪੂ ਮਰਾਤਾ। ਮੇਰੇ ਗਹਿਣੇ ਨੂੰ ਕਾਪੀ ਮਰਵਾਉਣਾ ਬਈ ਬਾਗ ਜੋਰੋ ਜਾ ਮਣ ਕੇ ਬੈਠਾ ਗਹਿਣਿਆਂ ਦੇ ਉੱਤੇ, ਮੈਂ ਤੇ ਚਾਹੇ ਸੱਪਣੀ ਬਣ ਕੇ ਬੈਠਾ ਚਾਹੇ ਨਾਗਣੀ ਕੁਛ ਮਰਜ਼ੀ ਬਣ ਕੇ ਬੈਠਾ, ਨਹੀਂ ਕਿਤੇ ਹੋਣੀ ਹੋਈ ਨਹੀਂ, ਹਾਂ ਨਹੀਂ ਕੋਈ ਹੋਵੇ ਵੀ ਨਾ, ਜਾ ਬਾਗ ਜੋ ਬਈ ਚਲ ਆਇਆ ਕੁਛ ਖਾ ਪੀ ਕਰ ਕੇ ਉਂਝ ਮੇਰੇ ਲੈ ਮੈਂ ਆਪਣੇ ਸਿਰ ਥੋੜੀ ਚੜ ਕੇ ਮਰੂਗੀ, ਲਾਉਂਦਾਂ ਜਾਂ ਬਾਗ ਮਰਾਂਦੀ ਨਹੀਂ, ਤੂੰ ਤਾਂ ਜੇਲ੍ਹ ਚ ਆਇਆ ਚੱਕੀ ਪੀਸੇਂਗੀ ਭੱਜੀ ਫਿਰੇਂਗੀ, ਪੀਸਾਂਗੇ ਨਾ ਤਾਂ ਦੇਖੀ ਜਾਊਗੀ ਚੱਕੀ ਦਾ ਟਾਈਮ ਹੋ ਗਿਆ, ਮੈਂ 1 ਮਿੰਟ ਚ ਮਰ ਚੁੱਪ ਕਰ, ਕੋਈ ਨਾ ਰੱਬ ਨੇ ਮਰਜਾ ਪਾਹ ਲੈ ਰਸਾ ਲੈ ਲੈ ਜਾ ਲੈ ਜਾ ਇਹਨੂੰ, ਤੂੰ ਮਰ ਜਾ ਚੁੱਪ ਕਰ ਜਾ ਯਾਰ, ਰੱਬ ਦੇ ਦੇਖੀ ਜਾਂਦਾ ਨਾ ਜੋ ਕੁਝ ਹੋਣ ਲੱਗਾ, ਰੱਬ ਨਹੀਂ ਦੇਖਦਾ ਅੱਜ ਕੱਲ ਬਈ, ਚੱਲ ਉਰ ਚੱਲ ਚੱਲ ਖੜੀ ਹੋ ਜਾ ਜਾ ਤੁਰਦੀ ਲੱਗ ਰਸਾ ਲੈ ਕੇ, ਤੂੰ ਗਲ ਪਾਹ ਲੈ ਲਈ ਪੱਖੇ ਨਾਲ ਤੂੰ ਲੈ ਲਾ ਬੇ ਲੈ ਕੇ, ਨਾਲੇ ਤੇਰੇ ਮਾਗਰ ਲਿਆ ਮੂਗਰ ਲਿਆ ਨੂੰ ਦੇ ਦੇ ਜਿਹਨੇ ਤੈਨੂੰ ਇੰਨੀ ਅਕਲ ਦਈ ਆ, ਨਾਲੇ ਜਿੱਦੇ ਮਰ ਗਈ ਨਾ ਤੇਰੇ ਹੀ ਧਰੂ ਮੈਂ। ਓਹੋ ਚੁਰਚਲੀ ਜੀ ਨੇ ਮੇਰੇ ਤਾਂ ਸਿਰ ਦੁਖਣ ਲਾਤਾ, ਫਾਹਾ ਲੈਣ ਮੇਰੇ ਦੁਸ਼ਮਣ ਹੈ, ਮੈਂ ਕਿਉਂ ਲਵਾਂ ਫਾਹਾ, ਡਰਾਬਾ ਦੇਣਾ ਸੀ ਦੇਤਾ ਫਾਹਾ ਮੇਰੇ ਲੈਂਦੀ ਹੈ ਜੁੱਤੀ, ਮੈਂ ਤਾਂ ਅਜੇ ਦੁਨੀਆ ਤੇ ਦੇਖਿਆ ਹੀ ਨਹੀਂ ਕੁਛ ਹੈਗਾ। ਹਾਂਜੀ ਭੇ ਕੌਣ ਹੋ ਤੁਸੀਂ? ਅਸੀਂ ਕੋਆਪਰੇਟ ਬੈਂਕ ਚੋਂ ਆਏ ਜੀ, ਤਾਂ ਆਪਣਾ ਲੋਨ ਦੀਆਂ ਕਿਸ਼ਤਾਂ ਪੈਂਡੇ ਖੜੀਆਂ ਹੀ ਅਜੇ। ਲੋਨ ਅਸੀਂ ਤਾਂ ਕੋਈ ਲੋਨ ਨਹੀਂ ਲਿਆ ਹੈਗਾ। ਲਿਆ ਨਹੀਂ? ਨਹੀਂ। ਚੰਨੀ ਸਿੰਘ ਦਾ ਘਰ ਇਹੀ ਹੈ? ਅੱਛਾ ਚੰਨੀ ਦਾ ਘਰ ਇਹ ਸੀ, ਹੁਣ ਨਹੀਂ, ਹੁਣ ਮਾਗਰਲੀ ਸਾਈਡ ਰਹਿਣ ਲੱਗ ਗਏ। ਅੱਛਾ ਪਿਛਲੀ ਗਲੀ ਚੋਂ? ਹਾਂ ਪਿਛਲੀ ਗਲੀ ਚ ਹੀ ਘਰ, ਪਹਿਲੇ ਹੀ ਘਰ ਉਹਨਾਂ ਦਾ। ਅੱਛਾ ਠੀਕ ਹੈ ਜੀ, ਚਲੋ ਮੈਂ ਕਿਹਾ ਤੇ ਇਹ ਘਰ ਰਹਿੰਦੇ ਜੀ ਉਹ, ਪਹਿਲੇ ਇੱਥੇ ਸੀਗੇ ਨਾ ਮੈਂ ਇੱਕ ਦੋ ਵਾਰ। ਹਾਂ ਹਾਂ ਬਾਈ ਪਹਿਲੇ ਇੱਥੇ ਸੀ, ਹੁਣ ਉਹਨਾਂ ਨੇ ਘਰ ਬਦਲ ਲਿਆ। ਹਾਂਜੀ ਹਾਂ ਠੀਕ ਹੈ ਬਈ, ਚਾਹ ਪਾਣੀ ਪੀਣਾ? ਨਾ ਨਹੀਂ ਬਸ ਚਾਹ ਦੇ, ਧੰਨਵਾਦ। ਚੰਗਾ ਬਈ। ਚੰਨੀ ਸਿੰਘ ਮੈਂ ਕਾਲਾ ਬਿੱਤਰ ਆ ਗਿਆ, ਤੂੰ ਕਰ ਤਸਤਾ ਆਇਆ ਬਈ ਆਇਆ, ਹੋਰ ਕਿਵੇਂ? ਠੀਕ ਹੈ ਆਇਆ ਬੈਠੇ ਜੀ, ਬਸ ਜਾਣਾ ਸੀ ਯਾਰ ਮੈਂ ਅੱਗੇ ਵੀ ਆ ਗਿਆ, ਤੇ ਕਿਵੇਂ ਐਤਕੀ ਦੋ ਕਿਸ਼ਤਾਂ ਲੇਟ ਕਰਤੀਆਂ? ਕਿਸ਼ਤਾਂ ਤੇ ਐ ਗੱਲ ਬਾਪੂ ਦੀ ਜੱਥੇ ਜੀ ਹੋ ਗਈ ਸੀ ਇੱਕ ਤੇ, ਅੱਛਾ ਤਾਂ ਕਰਕੇ ਉੱਧਰ ਉਲਝ ਗਈ ਸੀ, ਕੋਈ ਮਾੜੇ ਮੋਟੇ ਪੈਸੇ ਸੀ ਉੱਧਰ ਲੱਗ ਗਏ ਸੀ ਤਾਂ ਕਰਕੇ। ਅੱਛਾ ਚੱਲ ਕੋਈ ਗੱਲ ਨਹੀਂ, ਪੰਜ ਚਾਰ ਦਿਨਾਂ ਟਾਈਮ ਦਿਓ। ਉਹ ਤਾਂ ਕੋਈ ਗੱਲ ਨਹੀਂ ਯਾਰ, ਮੈਨੇਜਰ ਸਾਹਿਬ ਖਿੱਚੀ ਜਾਂਦੇ ਨਾ, ਕਿਉਂਕਿ ਤੇਰੇ ਕਿਸ਼ਤਾਂ ਲੰਮੀਆਂ ਨੇ, ਤੈਨੂੰ ਪਤਾ ਤੇਰਾ ਅਮਾਊਂਟ ਵੱਡਾ ਕਰਕੇ ਨਾ ਕਿਸ਼ਤਾਂ ਤੇਰੀ ਲੰਮੀਆਂ ਨੇ, ਜੇ ਲੇਟ ਪਾਏਗਾ ਤੈਨੂੰ ਦੁੱਗਣੀ ਪਲੰਟੀ ਪਊਗੀ, ਤੇਰਾ 'ਚ ਫਾਇਦਾ ਹੀ ਹੈਗਾ। ਉਹ ਤਾਂ ਠੀਕ ਆ, ਹੁਣ ਪੈਸੇ ਸਾਰੇ ਲੱਗ ਗਏ ਯਾਰ, ਇੱਕ ਘਰ ਜੇ ਅੱਡ ਕਰਤਾ ਉਹਨਾਂ ਨੇ, ਤਾਂ ਪਹਿਲਾਂ 4 ਕਿੱਲਿਆਂ ਦਾ ਠੇਕਾ ਜਾਂ ਜੋ ਕਰਦੇ ਸੀ ਪਹਿਲਾਂ, ਮੈਂ ਉੱਧਰ ਵਗ ਗਿਆ ਸੀ ਨਾ ਉੱਧਰ ਘਰੇ, ਫਿਰ ਉਹਨਾਂ ਨੇ ਉੱਧਰ ਭੇਜਦਾ ਕਹਿੰਦੇ ਵੀ ਉਹ ਤਾਂ ਉੱਧਰ ਰਹਿਣ ਲੱਗ ਗਏ, ਹੁਣ ਮੈਂ ਇੱਥੇ ਪੁੱਛ ਕੇ ਬੜਾ ਜਿਹਾ ਮੈਂ ਵੀ ਚੰਨੀ ਘਰੇ ਜਾਣਾ, ਉਹਨਾਂ ਨੇ ਦੱਸਿਆ ਕਹਿੰਦੇ ਆਹ ਕਰਾਂ, ਕੋਈ ਨਾ 5 ਦਿਨਾਂ ਟਾਈਮ ਦੇ ਮੈਂ ਕਰਦਾ ਹਾਂ। ਹੋਰ ਯਾਰ ਕਰ ਯਾਰ, ਤੇਰਾ ਕੰਮ ਗਲਤ ਚੱਕਰ ਫਿਰ ਗਲਤ ਪੈ ਜੂ ਤੇਰੇ ਸਿੰਬਲ ਦੀ ਆਉਂ ਸਾਰਾ ਕੁਝ। ਉਹ ਤੇਰੀ ਤਾਂ ਗੱਲ ਠੀਕ ਆ, ਮੈਂ ਕੀਤਾ ਵੀ ਕੀ ਜਾਵੇ, ਹੁਣ ਚਾਹ ਪੀਣਾ ਨਾ, ਚਾਹ ਪੀ ਲੈ ਨਾ, ਚਾਹ ਤਾਂ ਬਸ ਯਾਰ ਅੱਗੇ ਵੀ ਮੈਂ ਜਾਣਾ ਗਾ। ਠੀਕ ਆ ਚੰਗਾ, ਸੱਚ ਤੇਰਾ ਫੋਨ ਵੀ ਬੰਦ ਆਈ ਜਾਂਦਾ, ਉਹ ਫੋਨ ਉਹ ਤਾਂ ਭੋਗ ਵਾਲੇ ਦਿਨ ਚੱਕ ਕੇ ਲਿਆ ਕੋਈ ਯਾਰ ਜਵਾਬ ਜੋ ਚੱਲ ਫਿਰ ਮੈਨੂੰ ਹੁਣ ਗੇੜਾ ਨਾ ਮਾਰਨਾ ਪਵੇ ਬਾਈ, ਠੀਕ ਆ ਆਪੇ ਆ ਜਾਓ ਬੈਂਕ। ਹਾਂ ਚੱਲ ਠੀਕ ਆ ਮੈਂ ਚੱਲਦਾ। ਚੰਗਾ ਉਹ ਰਹਿਣ ਦੀ ਚਾਹ ਨਾ ਬਣਾਈ। ਕੀ ਕਹਿਤਾ? ਉਹ ਕਹਿਣਾ ਕੀ ਆ, 4-5 ਦਿਨਾਂ ਦਾ ਟਾਈਮ ਦਿੱਤਾ। ਟਾਈਮ ਵੀ 5 ਦਿਨਾਂ ਦਾ, 10-15 ਦਿਨਾਂ ਦਾ ਤਾਂ ਟਾਈਮ ਲੈਣਾ ਸੀ, 5 ਦਿਨਾਂ 'ਚ ਕੀ ਬਣੂਗਾ? ਉਹ ਕਹਿ ਨਹੀਂ ਹੁੰਦਾ, ਹੁਣ ਕਿੱਥੋਂ ਭਰੇ ਜਾਂਦੇ ਪੈਸੇ। ਆ ਦੇਖ ਲਈ ਤੂੰ, ਜੋ 5ਵੇਂ ਦਿਨ ਹੋ ਗਏ 6ਵੇਂ ਦਿਨ ਫੋਨ ਖੜਕ ਜੂਗਾ ਇਹਨਾਂ ਦਾ। ਜਰ ਹੁਣ ਕੀਤਾ ਵੀ ਕੀ ਗਿਆ, ਕਿਸ਼ਤ ਭਰਾਂਗੇ ਵੀ ਕਿੱਥੋਂ, ਗੱਲ ਵੀ ਸੁਣ ਲਾ ਹੋਣਾ, ਹੁਣ ਤੇ ਨਾ ਕਿਹੜੇ ਜ਼ਮੀਨ ਵੀ ਨਹੀਂ ਵੇਚ ਸਕਦੇ, ਜ਼ਮੀਨ ਇਹਨਾਂ ਦੇ ਨਾਮ ਆ ਹੈਂ, ਤੇ ਨਾ ਹੀ ਹੁਣ ਗਹਿਣੇ ਆਪਾਂ ਕੋਲੇ। ਉਹ ਤਾਂ ਮੈਂ ਬਥੇਰਾ ਆਖਿਆ ਸੀ ਵੀ ਨਹੀਂ ਦਿੰਦੀ, ਨਾ ਉਹਨੇ ਵੀ ਦੇ ਤੇ ਤੂੰ ਵੀ ਦੇ ਦੇ ਗਹਿਣੇ,
ਆ ਬਹਿ ਗਈ ਹੱਥ ਵਢਾ ਕੇ। ਉਹ ਤੇਰੀ ਗੱਲ ਠੀਕ ਆ, ਆਪਾਂ ਨੂੰ ਮੈਨੂੰ ਕੀ ਪਤਾ ਸੀ ਜਾਂ ਇਹ ਗੱਲ ਹੋ ਜੂਗੀ, ਮੈਨੂੰ ਕੀ ਪਤਾ ਸੀ ਮਿੱਠੇ ਪਿਓ ਦੇ ਬਾਪੂ ਨੇ ਜ਼ਮੀਨ ਉਹਨਾਂ ਦੇ ਨਾਮ ਲਵਾਤੀ, ਮੈਨੂੰ ਤਾਂ ਐਸੀ ਬਾਪੂ ਦੇ ਨਾਮ ਆ ਵੀ, ਮੈਨੂੰ ਲੱਗਦਾ ਬਾਪੂ ਨੇ ਲਵਾਈ ਨੀ, ਇਹ ਤਾਂ ਧੱਕੇ ਜਿਹੇ ਨਾਲ ਲਵਾ ਕੇ ਗਏ ਨੇ। ਕੀ ਪਤਾ ਸੀ ਇਹਨਾਂ ਦਿਲ ਦਾ ਯਾਰ, ਜੱਜ ਟੂਮਾ ਕੋਲੇ ਹੁੰਦੀਆਂ ਪਰ ਇਹ ਧਰ ਕੇ ਗਏ ਨੇ, ਕਿਸ਼ਤ ਤਾਂ ਦੇ ਦਾ ਦੇ। ਉਹ ਤੇ ਗੱਲ ਠੀਕ ਆ ਯਾਰ, ਹੱਥ ਵਢਾ ਕੇ ਬਹਿ ਗਿਆ, ਆਪਦੇ ਤਾਂ ਵਢਾਏ ਸੀ ਨਾਲ ਮੇਰੇ ਵੀ ਵਢਵਾ ਕੇ। ਬਥੇਰਾ ਸਮਝਾਉਂਦੀ ਸੀ ਚੰਨੀ, ਤੂੰ ਸਮਝਿਆ ਨੀ ਹੈਗਾ ਵੀ ਤੂੰ ਨਾ ਇਹਨਾਂ ਦੇ ਮੂਹਰੇ ਮੂਹਰੇ ਕੰਮ ਕਰਨ। ਮੇਰਾ ਭਾਈ, ਮੇਰਾ ਭਾਈ, ਪਤਾ ਨੀ ਕੀ ਦਿਖਦਾ ਸੀ ਇਹੋ ਦੇ ਭਾਈ ਦੇ ਵਿੱਚ, ਕੀ ਨਾ ਦਿਖਦਾ ਸੀ। ਉਹ ਤੇ ਯਾਰ ਹੁਣ ਵੀ ਸਹੀ ਆ ਵਿਚਾਰਾ, ਉਹ ਤੇ ਹੁਣ ਕੁਛ ਕਹਿ ਹੀ ਨਹੀਂ ਹੁੰਦੇ। ਉੱਤੋਂ ਸਹੀ ਹੈ, ਤੀਵੀਂ ਮਗਰ ਚੱਲਦਾ ਆਪਦੀ ਮਗਰ। ਉਹ ਤੇਰੀ ਗੱਲ ਠੀਕ ਆ, ਹੁਣ ਕੀਤਾ ਵੀ ਕੀ ਜਾਵੇ, ਹੁਣ ਤਾਂ ਗੱਲ ਨੀ ਕਰਨ ਦਿੰਦੀ। ਆਪਣੇ ਤੇ ਵਿਸ਼ਵਾਸ ਤੇ ਕਰਨਾ ਪੈਂਦਾ, ਵਿਸ਼ਵਾਸ ਕਰੀ ਚੱਲ ਫਿਰ ਆਪਦਿਆਂ ਤੇ ਵਿਸ਼ਵਾਸ, ਆਪਦੇ ਠੋਕਰਾਂ ਮਾਰ ਦਿੰਦੇ ਜਦੋਂ ਮਾਰਦੇ ਨੇ। ਸਿਆਣੇ ਕਹਿੰਦੇ ਹੁੰਦੇ ਕਿ ਬਦਾਮ ਕਾ ਕੇ ਅਕਲ ਨਹੀਂ ਆਉਂਦੀ, ਠੋਕਰਾਂ ਕਾ ਕੇ ਆਉਂਦੀ ਅਕਲ। ਚੱਲ ਅਕਲ ਤੇ ਆ ਗਈ, ਇੰਨਾ ਪਤਾ ਲੱਗ ਗਿਆ। ਐਂ ਮਾਰਿਆ ਚਲਾ ਕੇ ਦੁੱਧ ਚ ਮੱਖੀ ਮਾਰਿਆ ਕਰਦੇ ਨੇ, ਸੋਚਿਆ ਤੇਰੇ ਭਾਈ ਨੇ ਕੁਛ ਤੇਰੇ ਵੱਲ? ਚੱਲ ਕੋਈ ਨਾ, ਰੱਬ ਦੇਖਦਾ ਯਾਰ। ਆਹੋ ਰੱਬ ਦੇਖਦਾ, ਰੱਬ ਤੇ ਛੱਡ ਦਿਆ ਕਰ ਸਾਰੀ ਗੱਲ। ਹੁਣ ਮੈਂ ਦੱਸ ਮੈਂ ਕੀ ਕਰਾਂ, ਮਰ ਜਾ ਮੈਂ, ਹੋਰ ਕੀ ਹੁਣ ਜਿਹੜਾ ਕੋਈ। ਮੈਂ ਮਰਨ ਨੂੰ ਨਹੀਂ ਕਹਿੰਦੀ। ਹੋਰ ਇੱਕ ਉਹਨਾਂ ਨੇ ਘਰੋਂ ਕੱਢਤਾ ਲੈ, ਕਹਿੰਦਾ ਵੀ ਸਾਡੇ ਘਰ ਨਾਮ ਲਿਖਾਦਾ, ਸਾਰਾ ਕੁਛ ਨਾਮ ਆ ਘਰ ਸੀ ਚੱਜ ਦਾ, ਉਹ ਵੀ ਆਪ ਰੱਖ ਲਿਆ। ਆਹ ਦੇ ਤਾਂ ਟੁੱਟਿਆ ਫੁੱਟਿਆ ਸੰਗਾਠਾਂ ਭੰਗਾਂ ਨੇ ਲਵਾਉਣ ਵਾਲੀਆਂ, ਉੱਥੇ ਦੇਖ ਲੈ ਸੀਸਾ ਉਹ ਪਿਆ ਪਵਾਉਣ ਵਾਲਾ। ਚੱਲ ਕੋਈ ਗੱਲ ਨੀ, ਵੱਡੇ ਭਰਾ ਨਾਲ ਹੁੰਦੀਆਂ ਆ ਆਈਆਂ। ਆਹੋ ਵੱਡੇ ਹਾਈ ਠੋਕਰਾਂ ਖਾਣ ਨੂੰ, ਛੋਟਿਆਂ ਨੂੰ ਦੇ ਦੋ ਬਣਾ ਬਣਾ ਕੇ ਹਵੇਲੀਆਂ ਬਣਾ ਕੇ। ਆਈ ਆ ਦੇਖ ਲਾ, ਆਰਾਮ ਦੇਖ ਲਾ, ਅੱਡੇ ਅੱਡੇ ਵੱਡੇ ਵੱਡੇ ਰਾਜੇ, ਉਹ ਵੀ ਆਈ ਵੱਡਿਆਂ ਨਾਲ ਧੱਕਾ ਹੀ ਹੁੰਦਾ ਹੁੰਦਾ, ਅੱਜ ਆਪਾਂ ਨਾਲ ਧੱਕਾ ਹੋਇਆ ਕੁਛ ਨੀ ਹੁੰਦਾ। ਦੇਖੀਏ ਕੁਛ ਨੀ ਹੁੰਦਾ, ਪਰਮਾਤਮਾ ਜੋ ਕਰਦਾ ਨਾ ਵਧੀਆ ਕਰਦਾ ਹੁੰਦਾ। ਇੱਕ ਦਰਵਾਜ਼ਾ ਬੰਦ ਹੋ ਜਾਣਾ, 100 ਖੁੱਲ ਜਾਂਦੇ ਹੁੰਦੇ ਆ। ਕਹਿੰਦਾ 100 ਦਰਵਾਜ਼ਾ ਖੁੱਲ, ਇੱਕ ਦਰਵਾਜ਼ਾ ਖੁੱਲਣ ਦੀ ਆਸ ਨਹੀਂ ਹੈਗੀ, 100 ਤੇ ਰੱਖੀ ਬੈਠਾ ਹਜੇ। ਉਹ ਯਾਰ ਦੁਨੀਆ ਨਾ ਉਮੀਦ ਤੇ ਟਿਕੀ ਹੋਈ ਆ, ਜੇ ਆਪਾਂ ਉਮੀਦ ਹੀ ਛੱਡ ਦਈਏ ਨਾ, ਬਸ ਫਿਰ ਤਾਂ ਦੁਨੀਆ ਖਤਮ ਆ। ਆਹੋ ਉਮੀਦ ਤੇ ਛੱਡ ਦੇ, ਉਮੀਦ ਖਤਮ ਹੋ ਜਾਂਦੀ ਹੈ, ਤੇਰੇ ਕਹਿਣ ਨਾਲ ਹੀ ਖਤਮ ਹੋ ਜਾਂਦਾ ਸਾਰਾ ਕੁਛ। ਉਹ ਯਾਰ ਇੱਕ ਅੱਧੀ ਗੱਲ ਸਮਝ ਲੈ, ਕਿਉਂ ਟੈਨਸ਼ਨ ਪਾਈ ਇੰਨੇ ਮੇਰੇ ਦਿਮਾਗ 'ਚ, ਅੱਗੇ ਟੈਨਸ਼ਨ ਬਾਹਲੀ ਆ ਮੇਰੇ ਦੇ, ਉਹ ਚੁੱਪ ਕਰਕੇ ਪਏ ਆ ਯਾਰ, ਹੋਰ ਨਾ ਕੋਈ। ਮੈਂ ਤਾਂ ਜਦੋਂ ਬੋਲਦੀ ਨਾ ਤੈਨੂੰ ਵਿਆਹ ਵਰਗੀ ਲੱਗਦੀ ਹੈਗੀ। ਉਹ ਵਿਆਹ ਵਰਗੀ ਨਹੀਂ, ਮੈਂ ਤਾਂ ਟੈਨਸ਼ਨ ਅੱਗੇ ਪਈ ਪਈ ਆ, ਅੱਗੇ ਤੂੰ ਪਾਈ ਨਾ ਟੈਨਸ਼ਨ। ਪਾਏ ਕੀ ਨਾ ਟੈਨਸ਼ਨ, ਆਪਣੇ ਆਪ ਹੀ ਪਾਈ ਆ ਤੈਂ, ਉਹ ਤਾਂ ਸਮਝਾਉਂਦੀ ਸੀ ਸਮਝਦਾ ਨਹੀਂ ਸੀ ਕੁਛ, ਹੁਣ ਟੈਨਸ਼ਨ ਪੈ ਗਈ ਇਹਦੇ ਦਿਮਾਗ ਤੇ। ਕਿਸ਼ਤ ਦਾ ਹੱਲ ਕਰ ਲੈ ਕਿਤੋਂ, ਆਖੋ ਨਾ ਕਰਦੇ ਹੱਲ ਕਿਸੇ ਪਾਸੇ, ਇਹ ਤਾਂ ਭਰੇ ਤੂੰ ਖੜਾ ਸੁੱਟੂਗਾ। ਉਹਨਾਂ ਕੋ ਕਰ ਲੋ ਕਬਜ਼ਾ, ਹੋਰ ਆਪਦੀ ਜ਼ਮੀਨ ਤੇ, ਹੋਰ ਕੀ ਆ, ਆਪਾਂ ਤੇ ਕੁਛ ਕਹਿ ਨਹੀਂ ਸਕਦੇ ਵੀ ਆ। ਵੀ ਜਿੰਨੀ ਕੁ ਹੈਗੀ ਸੋਨੀ ਕੁ ਬਹੁਤ ਸੀਗੀ, ਤੂੰ ਤਾਂ ਆਪ ਚੱਕ ਕੇ ਲੱਤਾਂ ਫਾਹਾ ਲੈ ਲਿਆ। ਮੈਨੂੰ ਕੀ ਪਤਾ ਸੀ ਵੀ ਥੋੜੀ ਹੋਈ ਲਾ ਹੀ ਦੇਵਾਂਗੇ, ਸਾਨੂੰ ਤਾਂ ਐਂ ਸੀ। ਮੈਂ ਤਾਂ ਦੇਖੀ ਜਾਂਦੀ ਸੀ ਇਹਨਾਂ ਦੇ ਮੂੰਹ ਮੰਨੇ ਉਹਦੇ ਦੀ, ਵੀ ਜੋ ਖੁੱਡ ਬਣ ਗਏ ਤਾਂ ਉਹਦੀ ਅੱਡ ਹੋ ਜਾਣਗੇ। ਚੱਲ ਕੋਈ ਗੱਲ ਨੀ, ਆਪਾਂ ਨੂੰ ਕੀ ਪਤਾ, ਮੂੰਹ ਤੇ ਲਿਖਿਆ ਸੀ ਅਜੇ ਡਰਾਮੇ ਕਰਦੀ ਹੈ, ਮੈਂ ਫਾਹਾ ਲੈ ਲੂੰਗਾ, ਫਲਾਣਾ ਲੂੰ, ਜਿਹੜੇ ਕੱਜ ਦੇ ਹੁੰਦੇ ਉਹਨੂੰ ਵਰਦੇ ਨੀ ਹੁੰਦੇ। ਚੰਨੀ ਚੰਨੀ ਭਾਈ ਘਰੇ ਨੀ ਹੈਗਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿੱਧਰ ਗਿਆ ਗਾ?
ਉਹ ਕੰਮ ਜਾ ਗਿਆ ਹੋਇਆ ਸੀ ਥੋੜਾ ਜਿਹਾ। ਅੱਛਾ ਤੇ ਮੈਂ ਭਾਈ ਉਹਦੇ ਬਾਰੇ ਆਇਆ ਸੀਗਾ ਲੋਨ ਬਾਰੇ ਸਾਡੇ। ਕੋਈ ਨੀ ਕਿਸ਼ਤ ਜੀ ਇੱਕ ਦੋ ਦਿਨਾਂ ਤੱਕ ਭਰ ਦਾਂਗੇ ਅਸੀਂ। ਉਹ ਨਹੀਂ ਭਰਨ ਦੀ ਗੱਲ ਨਹੀਂ ਕਹਿਦਾ। ਹਾਂਜੀ ਰਾਤ ਨੋਟ ਆਏਗਾ ਉੱਪਰੋਂ ਆਰਬੀਆਈ ਵੱਲੋਂ, ਜਿਨ੍ਹਾਂ ਜਿਨ੍ਹਾਂ ਦੇ ਪੁਰਾਣੇ ਲੋਨ ਵੱਡੇ ਖੜੇ ਸੀਗੇ ਉਹ ਸਾਰੇ ਮਾਫ ਹੋ ਚੁੱਕੇ ਨੇ, ਮਤਲਬ ਦੱਸਣ ਵਾਸਤੇ ਆਇਆ ਜੀ। ਹਾਂ ਇਹ ਕਿਵੇਂ ਹੋ ਸਕਦਾ ਜੀ? ਤੁਸੀਂ ਚੰਨੀ ਨੂੰ ਇੱਕ ਵਾਰ ਦੱਸ ਦਿਓ, ਇੱਕ ਵਾਰ ਬੈਂਕ ਆ ਜਾਣ, ਮੈਨੇਜਰ ਸਾਹਿਬ ਨਾਲ ਮਿਲ ਲੈਣ ਤੇ ਉਹਨਾਂ ਦੀ ਇੱਕ ਵਾਰੀ ਸਾਈਨ ਵਗੈਰਾ ਹੋਣਗੇ, ਠੀਕ ਹੈ, ਫਾਰਮੈਲਿਟੀ ਜਿਹੜੀ ਵੀ ਹੋਊਗੀ ਉਹ ਹੋਣਗੀ ਤੇ ਉਹ ਤੁਹਾਡਾ ਪੂਰਾ ਮਾਫ ਹੋ ਗਿਆ। ਠੀਕ ਹੈ ਜੀ, ਦੱਸ ਦਿਓ ਉਹਨਾਂ ਨੂੰ ਇੱਕ ਵਾਰ। ਹਾਂਜੀ ਹਾਂਜੀ ਜ਼ਰੂਰ ਦੱਸ ਦੂੰਗੀ। ਹਾਂ ਚਲੋ ਠੀਕ ਹੈ ਜੀ। ਠੀਕ ਹੈ, ਚਾਹ ਬਣਾ ਲੈਣੇ ਜੀ? ਨਾ ਜੀ ਬਸ ਧੰਨਵਾਦ। ਠੀਕ ਚੰਨੀ, ਚੰਨੀ ਹਾਂ ਆ ਜਾਓ। ਹਾਂਜੀ ਸੋਚ ਲੱਗ ਰਹੀ ਸੀ ਕਿੱਥੋਂ ਲਿਆ ਕੇ ਭਰਾਂਗੇ। ਚੱਲ ਹੁਣ 2 ਕਿੱਲੇ ਆ ਆਪ ਤਾਂ ਬੀਜਿਆ ਕਰਾਂਗੇ ਤੇ ਖਾਇਆ ਕਰਾਂਗੇ। ਇਹ ਤਾਂ ਹੈ ਆਪਦੇ ਕੋਲੇ ਤਾਂ ਰਹਿਣਗੇ, ਹੁਣ ਐ ਤਾਂ ਨੀ ਹੈਗਾ ਵੀ ਉਹ ਲਾਉਣ ਤੇ ਲੈਤੇ ਹੋਏ ਨੇ। ਤੇ ਹੁਣ ਕੀ ਕਹਿ ਕੇ ਕੀ ਗਏ ਆ? ਉਹ ਬੈਂਕ 'ਚ ਬੁਲਾਇਆ ਤੁਹਾਨੂੰ। ਬੈਂਕ 'ਚ ਬੁਲਾਇਆ? ਹਾਂ ਉਹ ਸਾਈਨ ਸੂਨ ਜੇ ਹੋਣਗੇ ਨਾ ਉਹ ਕਰਨੇ ਨੇ। ਹੁਣ ਤਾਂ ਲੇਟ ਹੋ ਗਿਆ, ਕੱਲ ਨੂੰ ਜਾਊਗਾ। ਕੱਲ ਨੂੰ ਵਗਦੀ ਸਵੇਰ ਹੀ ਕੋਈ ਨਾ ਕਿਸੇ ਕੋਲੇ ਪਕਾ ਹੀ ਮਾਰਦੀ ਜਾਂਦਾ ਜਾਂਦਾ ਨਾਲੇ। ਨਾ ਨਾ ਉਦੋਂ ਲਾਉਣ ਮਾਫ ਹੋ ਗਿਆ। ਹਾਂ ਕਲੀਅਰ ਸਰਟੀਫਿਕੇਟ ਮਿਲ ਗਿਆ ਨਾ ਫੇਰ ਕਰਾਂਗੇ, ਕਵਾਂਗੇ ਲੋਕਾਂ ਨੂੰ ਵੀ ਸਾਡੇ ਦਾ ਲਾਉਣ ਮਾਫ ਹੋ ਗਿਆ। ਨਾ ਇਹ 2 ਕਿੱਲੇ ਤਾਂ ਆਪਦੇ ਨਾਮ ਕਰਵਾ ਲਾ ਹੁਣ। ਨਾਮ ਹੀ ਹੈ ਮੇਰੇ ਨਾਮ ਤੇ ਫੇਰ ਪੰਗਾ ਪਾ ਲਾ ਨਾ ਵੀ ਲੋਨ ਪਾਸ ਹੋ ਗਿਆ ਜ਼ਮੀਨ 2 ਕਿੱਲੇ ਫੇਰ ਉਹਨਾਂ ਕੋਲੇ ਨੇ। ਨਹੀਂ ਨਹੀਂ ਬੈਂਕ ਜਾਊਂਗਾ ਸਰਟੀਫਿਕੇਟ ਦੇਣਗੇ ਉਹ ਪਟਵਾਰੀ ਕੋਲ ਜਮਾ ਕਰਾਉਂਗਾ ਫੇਰ ਫੱਕ ਹੋ ਜਾਂਦੀ ਹੁੰਦੀ ਜੀ। ਬਸ ਫੇਰ ਠੀਕ ਹੈ, ਕਿਸੇ ਕੋਲੇ ਭਾਫ ਨਾ ਕੱਢੀ ਜਾਂਦਾ ਆਉਂਦਾ। ਨਹੀਂ ਨਹੀਂ ਭਾਫ ਨਹੀਂ ਕਰਦਾ, ਤੈਨੂੰ ਕਿਹਾ ਸੀ ਨਾ ਪਰਮਾਤਮਾ ਕਰਦਾ ਨਾ ਚੰਗੇ ਲਈ ਕਰਦਾ ਹੁੰਦਾ। ਸਹੀ ਗੱਲ ਕਹੀ ਸੀ ਤੁਸੀਂ। ਹਾਂ ਹੁਣ ਤੇ ਬੇਈਮਾਨ ਹੀ ਵੱਜੂਗਾ ਸਾਰੀ ਦੁਨੀਆ 'ਚ ਤੇ ਆਪਾਂ ਮੰਨਦਾ ਨਹੀਂ ਬੱਜਾਂਗੇ। ਚੱਲ ਕੋਈ ਨਾ ਮੈਂ ਘੁੱਟ ਚਾਹ ਦੀ ਬਣਾ ਕੇ ਲਿਆਉਣੀ ਹੈਗੀ। ਹਾਂ ਚਾਹ ਬਣਾਉਣੀ। ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਿਵੇਂ ਦੀ ਲੱਗੀ ਸਾਡੀ ਵੀਡੀਓ? ਜੇ ਵਧੀਆ ਲੱਗੀ ਤੇ ਕਮੈਂਟ ਲਾਜ਼ਮੀ ਕਰਨਾ ਤੇ ਸ਼ੇਅਰ ਤੁਸੀਂ ਕਰ ਹੀ ਦੇਣਾ ਤੇ ਲਾਈਕ ਕਰਨਾ। ਬਹੁਤ ਘੱਟ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ, ਤੁਹਾਡੇ ਕਿਹੜਾ ਪੈਸਾ ਲੱਗਦਾ ਵੀ ਲਾਲ ਜੀ ਬਟਨ ਨੂੰ ਦਬਾ ਦਿਆ ਕਰੋ ਤੇ ਨਾਲੇ SMS ਦੇ ਹੀ ਦਿੰਦੇ ਆ ਵੀ ਕਿਹੜਾ ਬੰਦਾ ਕਿਸੇ ਵਾਸਤੇ ਟੋਆ ਪੱਟਦਾ ਤੇ ਰੱਬ ਉਹਦੇ ਵਾਸਤੇ 2 ਟੋਏ ਪੱਟ ਦਿੰਦਾ। ਜੇ ਚੰਗਾ ਹੀ ਕਰਿਆ ਕਰੋ, ਮਾੜਾ ਨਾ ਕਰਿਆ ਕਰੋ ਕਿਸੇ। ਜੇ ਆਪਾਂ ਚੰਗਾ ਕਰਾਂਗੇ ਤੇ ਰੱਬ ਦੁੱਗਣਾ ਚੰਗਾ ਕਰੂਗਾ ਹੀ। ਇਹ ਵੀਡੀਓ 'ਚ ਇਹੀ ਮੈਸੇਜ ਹੈ ਵੀ ਆਪਣੇ ਇਤਿਹਾਸ ਨਾ ਰੱਖੋ ਤੇ ਬਗਾਨਿਆਂ 'ਤੇ ਵਿਸ਼ਵਾਸ ਨਾ ਰੱਖੋ, ਰੱਖਣੀ ਆਸ ਤੇ ਪਰਮਾਤਮਾ 'ਤੇ ਆਸ ਰੱਖਿਆ ਕਰੋ। ਮੇਰਾ ਮਤਲਬ ਇਹ ਹੈ ਵੀ ਬੰਦਿਆਂ 'ਤੇ ਆਸ ਨਾ ਰੱਖਿਆ ਕਰੋ, ਰੱਖਣਾ ਤੇ ਪਰਮਾਤਮਾ 'ਤੇ ਆਸ ਰੱਖਿਆ ਕਰੋ। ਜਿਹੜਾ ਸਭ ਦੀਆਂ ਝੋਲੀਆਂ ਭਰਦਾ ਬੰਦਾ ਕੀ ਭਰ ਦੂ, ਬਸ 2 ਲੱਖ ਦੇ ਦੂ, 10 ਲੱਖ ਦੇ ਦੂ, ਪਰ ਪਰਮਾਤਮਾ ਦੇ ਕਰੋੜਾਂ ਰੁਪਏ ਦੇਣੇ ਹੁੰਦੇ ਆ ਤੇ ਪਰਮਾਤਮਾ 'ਤੇ ਆਸ ਰੱਖਿਆ ਕਰੋ। ਸਾਰਿਆਂ ਦਾ ਧੰਨਵਾਦ ਜੀ।